ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਲਾ ਪੰਜਵਾਂ ਰਹਿਣ ਦਿਨ ਸਜਪੋ ਹਰ ਨਾਉ ਆਗੈ ਦਰਗਹਿ ਪਾਵੋ ਥਾਉ ਰਹਿਣ ਦਿਨ ਸਜਪੋ ਹਰ ਨਾਉ ਆਗੈ ਦਰਗਹਿ ਪਾਵੋ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਵਿਆਪੈ ਹੋ ਮੈਂ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਤਾ ਪਰਮ ਗਤ ਪਾਵਹਿ ਹਰ ਸਿਮਰ ਪੁਰਾਨੀ ਗਨ ਮਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵਨਾ ਚਾਲ ਹੈ ਸੰਗੋ ਭਵ ਜਲ ਤਰੀਐ ਪ੍ਰਭ ਕੈ ਰੰਗ ਦੇਈ ਧੋਏ ਨਾ ਉਤਰੈ ਬੈਲ ਹੋ ਮੈਂ ਵਿਆਪੈ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਵੇ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਬੂ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਦੂਰ ਨਾਨਕ ਕੀ ਪ੍ਰਭ ਸਰਦਾਪੂਰ ਤੇਰੇ ਦਾਸ ਕੀ ਹੋਵਾ ਦੂਰ ਨਾਨਕ ਕੀ ਪ੍ਰਭ ਸਰਦਾਪੂਰ ਕਲ ਯੁਗ ਮਹਿ ਕੀਰਤਨ ਪ੍ਰਦਾਨ ਗੁਰਮੁਖ ਜਪੀਐ ਲਾਏ ਤੇ
ਅਭਿਆਨੋ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉਂ ਜਾਇਰੋ। ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀ ਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਦੇ ਨੇ। ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਤੇ। ਪਿਆਰਿਓ ਇਹ ਯੁੱਗ ਕਲ ਯੁੱਗ ਦਾ ਚੱਲਦਾ, ਕਲ ਯੁੱਗ ਦੇ ਯੁੱਗ ਵਿੱਚ ਕੀਰਤਨ ਹੀ ਪ੍ਰਧਾਨ, ਪ੍ਰਭੂ ਦੀ ਕੀਰਤੀ ਹੀ ਮੁੱਖ, ਪਰਮੇਸ਼ਰ ਦਾ ਨਾਮ ਹੀ ਮੁੱਖ ਯੁੱਗ ਕਲ ਯੁੱਗ ਦਾ। ਗੁਰੂ ਵਾਲੇ ਬਣ ਕੇ ਗੁਰਮੁਖ ਜਪੀਐ ਲਾਏ ਧਿਆਨ, ਗੁਰੀ ਉਪਦੇਸ਼ੀ ਗੁਰਮਤੀਏ ਬਣ ਕੇ ਧਿਆਨ ਲਾ ਕੇ ਪਰਿਪੂਰਨ ਪਰਮਾਤਮਾ ਦੀ ਯਾਦ ਚਿੰਤਨ ਵਿੱਚ ਜੁੜੀਏ ਨਾਮ ਯੁੱਗ ਕਲ ਯੁੱਗ ਦਾ। ਕੱਲ ਕੇਵਲ ਨਾਮ ਆਧਾਰ, ਨਾਮ ਦੇ ਜਪਿਆਂ ਹੀ ਆਪਣਾ ਉਧਾਰ ਹੋ। ਜੋ ਨਾਮ ਨੂੰ ਜਪਦਾ ਹੈ ਕੈਸੀਆਂ ਉਸ ਦੀ ਬਖਸ਼ਿਸ਼ਾਂ ਹੁੰਦੀਆਂ ਨੇ ਪਾਤਸ਼ਾਹ ਫਰਮਾਉਂਦੇ ਨੇ। ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰ ਕਹਿ ਪਤ ਸਿਉਂ ਜਾਏਗਾ। ਜੋ ਜਪਦਾ ਹੈ ਮੇਰੇ ਵਾਂਗੇ ਗੁਰੂ ਦੇ ਅੰਮ੍ਰਿਤਮਈ ਨਾਮ, ਉਹ ਆਪ ਤਾਂ ਤਰ ਜਾਂਦਾ, ਉਸਦੇ ਸਾਰੇ ਕੁੱਲ ਵੀ ਤਰ ਜਾਂਦੇ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ, ਭਾਈ ਇੱਕ ਗੁਰਮੁਖ ਇੱਕ ਹੀ ਕੁੱਲਾਂ ਨੂੰ ਉਤਾਰ ਲੈਂਦਾ। ਇੱਕ ਗੁਰਮੁਖ ਆਪ ਧਰੈ ਸਗਲੇ ਕੁੱਲ ਤਾਰੇ ਹਰ ਦਰ ਕਹਿ ਪਤ ਸਿਉਂ ਜਾਏ। ਹਰੀ ਦੀ ਦਰਗਾਹ ਪਤ ਸੰਯੁਕਤ ਜਾਂਦਾ, ਵੱਡੀਆਂ ਬਖਸ਼ਿਸ਼ਾਂ ਵਾਹਿਗੁਰੂ ਸਮਰੱਥ ਗੁਰੂ ਤੋਂ ਮਿਲੀਆਂ। ਰੇ ਰੇ ਦਰ ਕਹਿ ਕਹਿ ਨਾ ਕੋ, ਆਓ ਬੈਠ ਆਦਰ ਸੁਖ, ਬੜਾ ਸਤਿਕਾਰ ਬੜਾ ਸਦਾਦਰ। ਖੰਡ ਪਤਾਲ ਦੀਪ ਸਭ ਲੋਆ, ਸਭ ਕਾ ਲੈ ਵਸ ਆਪ ਪ੍ਰਭ ਕੀ। ਖੰਡ ਪਤਾਲ ਦੀਪ ਆਦਿਕ ਜੋ ਸਾਰੇ ਲੋਕ ਨੇ ਪਰਿਪੂਰਨ ਪਰਮਾਤਮਾ ਨੇ ਜਿਨ ਸਭ ਨੂੰ ਆਪ ਹੀ ਕਾਲ ਦੇ ਵਸ ਕੀਤਾ। ਸਭ ਕਾਲ ਹੈ ਬਸ ਆਪ ਪ੍ਰਭ ਕੀ ਆ, ਸਭ ਕਾਲ ਦੇ ਦੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਫਰਮਾਉਂਦੇ ਨੇ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ, ਕਾਲ ਪਾਏ ਕਰ ਬਿਸਨ ਪ੍ਰਕਾਸ਼, ਸਕਲ ਕਾਲ ਕਾ ਕੀ ਆ, ਸਭ ਕਾਲ ਦੇ ਬ੍ਰਹਮਾ ਵਿਸ਼ਨੂੰ ਮਹੇਸ਼। ਸਾਰਾ ਜਗਤ ਕਾਲ ਦੇ ਵਸ ਪਰਮੇਸ਼ਰ ਨੇ ਕੀਤਾ। ਖੰਡ ਪਤਾਲ ਦੀਪ ਸਭ ਲੋਆ, ਸਾਰੇ ਲੋਕ ਸਾਰੇ ਸਭ ਕਾਲ ਹੈ ਵਸ ਆਪ ਪ੍ਰਭ ਕੀ। ਪ੍ਰਭੂ ਨੇ ਇਹ ਮਰਿਆਦਾ ਦਿੱਤੀ,
ਨਹ ਜਲ ਏਕ ਆਵ ਅਵਨਾਸੂ, ਸੋ ਨਹ ਚਲ ਜੋਤ ਸਹਿਤ ਆਏਂਦਾ। ਨਹ ਚਲ, ਨਹ ਚਲਾਈ ਮਾਂ ਜੋ ਸਦੀਵੀ ਹੈ ਸਦਾ, ਇੱਕ ਆਪ ਹੀ ਅਵਨਾਸੀ ਪਰਮੇਸ਼ਰ ਹੈ ਪਿਆ, ਉਹ ਵੀ ਨਹਿਚਲ ਹੋ ਜਾਂਦਾ। ਨਹਿ ਚਲਾਏ, ਨਹਿ ਚਲਾਈ ਮਾਂ ਜੋ ਤਿਸ ਪਰਮੇਸ਼ਰ ਨੂੰ ਜਪਦਾ, ਉਹ ਵੀ ਜਨਮ ਤੇ ਮਨ ਵਿੱਚ ਨਹੀਂ ਹੁੰਦਾ, ਕਿਉਂਕਿ ਅਵਨਾਸੀ ਨੂੰ ਜਪੇਗਾ ਅਵਨਾਸੀ ਹੀ ਹੋ ਜਾਵੇ। ਖਦ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਣਸ ਦੇਹਾ। ਹਰੀ ਦਾ ਸੇਵਕ ਕੈਸਾ ਹੈ ਮੇਰੇ ਵਾਹਿਗੁਰੂ ਹਰੀ ਜੈਸਾ ਹੀ ਉਹ ਸਮਰੱਥ ਹੈ। ਸਭਨਾ ਗੱਲਾਂ ਕਰਨ ਯੋਗ, ਧੰਨ ਧੰਨ ਸਤਿਗੁਰੂ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ। ਆਪ ਜਗਤ ਦੇ ਰਹਿਬਰ ਤੀਜੇ ਗੁਰੂ ਨਾਨਕ, ਜਿਨ੍ਹਾਂ ਨੇ ਬੜੀ ਘਾਲਣਾ ਕਰਦੀ ਸੇਵਾ ਟਹਿਲ ਕੀਤੀ ਪੂਰੇ ਮੁਰਸ਼ਦ ਦੀ, ਜਿੱਥੇ ਕੁੜਮਾਂ ਦਾ ਸਾਥ ਸੀ, ਚਰਨ ਫੜ ਲਏ ਗਗਰ ਦੀ ਸੇਵਾ, 12 ਸਾਲ ਟਹਿਲ ਕਮਾਏ, ਤੀਜੇ ਗੁਰੂ ਨਾਨਕ ਬਣ ਗਏ। ਕੈਸੀਆਂ ਬਖਸ਼ਿਸ਼ਾਂ, ਜਗਤ ਦੇ ਲੋਕ ਕੁਝ ਤੋਂ ਕੁਝ ਬੋਲਦੇ ਸਨ, ਕਹਿੰਦੇ ਸਨ, ਨਥਾਵਾ ਦਾ ਕੋਈ ਆਸਰਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ, ਦੂਜੇ ਗੁਰੂ ਨਾਨਕ ਪਾਤਸ਼ਾਹ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨਥਾਵਿਆਂ ਦੇ ਥਾਂ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਉਹ, ਨਿਗਤਿਆਂ ਦੀ ਗਤ ਕਰਨ ਵਾਲੇ, ਨਿਪਤਿਆਂ ਦੀ ਪਤ ਰੱਖਣ ਵਾਲੇ, ਅਨੇਕਾਂ ਸਤਿਗੁਰਾਂ ਨੇ ਵੱਧ ਦਿੱਤੀ ਬਖਸ਼ਿਸ਼ਾਂ ਕੀਤੀਆਂ। ਕੈਸੇ ਮਾਲ ਆਪ ਹਰੀ ਰੂਪ ਗੁਰੂ ਅਮਰਦਾਸ ਮਹਾਰਾਜ ਜੀ। ਹਰ ਕਾ ਸੇਵਕ ਸੋ ਹਰ ਜੇਹਾ, ਕੋਈ ਭੇਦ ਨਹੀਂ, ਹਰੀ ਦਾ ਸੇਵਕ ਹਰੀ ਵਰਗਾ ਸਮਰੱਥ ਹੈ। ਕੈਸਾ ਸਮਰੱਥ? ਸਭਨਾ ਗੱਲਾਂ ਸਮਰੱਥ ਸੁਆਮੀ ਗੁਰੂ ਅਮਰਦਾਸ ਮਹਾਰਾਜ ਜੀ। ਸੋ ਕਿਉਂ ਮਨਹੋ ਵਸਾਰੇ, ਫਿਰ ਕਿਉਂ ਬੁਲਾਈਏ ਉਸ ਮਾਲਕ ਨੂੰ ਜੋ ਸਭਨਾ ਗੱਲਾਂ ਕਰਨ ਯੋਗ ਸਮਰੱਥ ਮੇਰਾ ਵਾਹਿਗੁਰੂ। ਭੇਦ ਨਾ ਜਾਣੋ ਮਾਨਸ ਦੇ ਆ, ਚਾਹੋ ਉਸਦੀ ਮਨੁੱਖ ਦੇਹ ਹੀ ਹੈ, ਆਪਾਂ ਦੇਖਦੇ ਹਾਂ ਦੇਹੀ ਤਾਂ ਮਨੁੱਖਾ ਹੈ। ਇਹ ਸਤਿਗੁਰੂ ਪਾਤਸ਼ਾਹ ਵੀ ਮਨੁੱਖਾ ਦੇਹੀ ਵਿੱਚ ਸੀ, ਕਿਸੇ ਨੇ ਕੁਝ ਆਖਣਾ, ਕਿਸੇ ਨੇ ਕੁਝ ਆਖਣਾ। ਗੁਰੂ ਅਮਰਦਾਸ ਮਹਾਰਾਜ ਬਿਰਧ ਅਵਸਥਾ ਦੇ ਵਿੱਚ ਟਹਿਲ ਕਮਾਏ, ਤੀਜੇ ਗੁਰੂ ਨਾਨਕ ਬਣ ਗਏ, ਐਸੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਪਹਿਲਾ ਪੰਗਤ ਫਿਰ ਸੰਗਤ, ਅਕਬਰ ਬਾਦਸ਼ਾਹ ਵੀ ਦਰਸ਼ਨਾਂ ਨੂੰ ਆਇਆ। ਉਦੋਂ ਸੇਵਕਾਂ ਨੇ ਬੇਨਤੀ ਅਰਜ ਗੁਜ਼ਾਰੀ, ਪਾਤਸ਼ਾਹ ਕਹਿਣ ਲੱਗੇ ਪਹਿਲਾਂ ਪੰਗਤ ਵਿੱਚ ਪ੍ਰਸ਼ਾਦ ਛਕਾਓ ਫਿਰ ਮਿਲਾਂ। ਪਹਿਲਾਂ ਪੰਗਤ ਪਾਤਸ਼ਾਹ ਸੰਗਤ, ਵੱਡੀਆਂ ਰਹਿਮਤਾਂ, ਅਕਬਰ ਬਾਦਸ਼ਾਹ ਵੀ ਚਰਨਾਂ ਦਾ ਭੌਰਾ ਬਣ ਗਿਆ।
ਐਸਾ ਰਸ ਤੇ ਆਨੰਦ ਜਦੋਂ ਪ੍ਰਸ਼ਾਦ ਲੰਗਰ ਦੇ ਵਿੱਚੋਂ ਛਕਿਆ, ਬੜੀ ਜ਼ਮੀਨ ਦੇਣ ਨੂੰ ਉਤਾਵਲਾ ਹੋਇਆ। ਬੇਨਤੀ ਹਰਜ ਗੁਜ਼ਾਰੀ, ਪਾਤਸ਼ਾਹ ਕਹਿਣ ਲੱਗੇ ਇਹ ਨਿਜ ਮਰਿਆਦਾ ਜੋ ਸਿੱਖ ਸੰਗਤਾਂ ਨੇ ਦਸਵੰਧ ਦਿੱਤੀਆਂ, ਯਾਦ ਤੋਂ ਪਰੰਪਰਾ ਚੱਲਦੀ ਹੈ, ਜੋ ਧਰਮ ਦੀ ਕਿਰਤ ਕਰਕੇ ਦਸਵਾਂ ਦਸੌਂਦ ਗੁਰੂ ਨੂੰ ਸੌਂਪਦਾ, ਉਹ ਵੱਡੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰ ਦੇ ਲੰਗਰ ਚੱਲਦੇ। ਸਤਿਗੁਰੂ ਪਾਤਸ਼ਾਹ ਸ਼ਿਕਾਇਤਾਂ ਵੀ ਕੀਤੀਆਂ, ਪਰ ਅਕਬਰ ਬਾਦਸ਼ਾਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦਾ ਪੌਦਾ ਬਣ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਖਸ਼ਿਸ਼ਾਂ ਲੈਂਦਾ, ਕਿਉਂਕਿ ਆਪ ਖਰੀ ਰੂਪ ਗੁਰੂ ਅਮਰਦਾਸ ਮਹਾਰਾਜ ਜੀ। ਭੇਦ ਨਾ ਜਾਣੋ ਮਾਨਸ ਦੇਖਾ, ਦੇਹੀ ਮਨੁੱਖਾ ਅਤੇ ਉਸਦੇ ਵਾਸਤਵ ਸਰੂਪ ਵਿੱਚ ਭੇਦ ਕੁਛ ਨਾ ਜਾਣੋ। ਉਹ ਇੱਕ ਰੂਪ ਨਿਰੰਕਾਰ ਦਾ ਰੂਪ ਆਪ ਤੀਜੇ ਗੁਰੂ ਨਾਨਕ ਨੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਉਂ ਜਲਤ ਰੰਗ ਉੱਠ ਹੈ ਬਹੁ ਭਾਤੀ, ਫਿਰ ਸਲਲੈ ਸਲਲ ਸਮਾਏਗਾ। ਪਾਤਸ਼ਾਹ ਦ੍ਰਿਸ਼ਟਾਂਤ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜਿਸ ਤਰ੍ਹਾਂ ਜਲ ਤੋਂ ਰੰਗ ਬਹੁਤ ਪ੍ਰਕਾਰ ਉੱਠਦੇ ਨਹੀਂ ਆਪਾਂ ਦੇਖਦੇ, ਪਰ ਫਿਰ ਜਦ ਉਹਨਾਂ ਦਾ ਸਮੂਹ ਜਲ ਵਿੱਚ ਸਮਾਉਂਦਾ ਫਿਰ ਜਲ ਸਰੂਪ ਹੀ ਹੈ। ਤੈਸੀ ਉਹ ਦੇਹ ਹੁੰਦਿਆਂ ਵੀ ਬ੍ਰਹਮ ਰੂਪ ਨੇ, ਦੇਹ ਤਿਆਗ ਕਰਕੇ ਨਿਰੇ ਉਪਾਦ ਹੋ ਕੇ ਬ੍ਰਹਮ ਸਾਥ ਅਭੇਦ ਹੋ ਜਾਂਦੇ ਨੇ, ਇੱਕ ਰੂਪ ਨੇ। ਇੱਕ ਜਾਚਕ ਮੰਗੈ ਦਾਨ ਦੁਆਰੈ, ਜਾ ਪ੍ਰਭ ਭਾਵੈ ਤਾਂ ਕਿਰਪਾ ਧਾਰੈ। ਇੱਕ ਜਾਚਕ ਹੋ ਕੇ ਗੁਰੂ ਨਾਨਕ ਦੇ ਘਰ ਦੇ ਮੰਗਤੇ ਬਣ ਕੇ ਆਪ ਦੇ ਦੁਆਰੇ ਤੋਂ ਦਾਨ ਮੰਗਦੇ ਨੇ, ਮੇਰੇ ਵਾਹੇ ਗੁਰੂ ਗੁਰੂ ਨਾਨਕ ਜੋ ਤੈਨੂੰ ਭਾਵੇ ਤੂੰ ਕਿਰਪਾ ਧਾਰ ਕੇ ਦੇ। ਜਾ ਪ੍ਰਭ ਭਾਵੈ ਤਾਂ ਕਿਰਪਾ ਧਾਰ, ਦੇਹੋ ਦਾਰਸ ਜਿਤ ਮਨ ਤ੍ਰੈਪਦਾਸ, ਹਰ ਕੀਰਤਨ ਮਨ ਠਹਿਰਾਏ। ਦੇਹੋ ਦਰਸ ਜਿਤ ਮਨ ਤ੍ਰੈਪਦਾਸ, ਹਰ ਕੀਰਤਨ ਮਨ ਠਹਿਰਾਏ। ਸੋ ਦਰਸ਼ਨ ਦੇਹੋ ਜਿਸ ਕਰਕੇ ਮਨ ਤ੍ਰੈਪਤ ਹੋ ਜਾਵੇ। ਅਬ ਹੇ ਵਾਹਿਗੁਰੂ ਤੇਰੇ ਕੀਰਤਨ ਵਿੱਚ ਮਨ ਨੂੰ ਲੈ ਕੇ ਠਹਿਰਾਉਂਦਾ ਹਾਂ। ਰੂੜੋ ਠਾਕੁਰ ਕਿਤੈ ਵਸਰਾਇਆ, ਹਰ ਸੋ ਕਿਸ ਕਰੈ ਜੇ ਹਰ ਕਿਆ ਸੰਤਾ ਪਾਵੈ। ਤੂੰ ਸੁੰਦਰ ਸਵਾਮੀ ਮਾਨ ਕਿਸੇ ਪ੍ਰਕਾਰ ਵਸ ਨਹੀਂ ਆਉਂਦਾ। ਹੇ ਮੇਰੇ ਗੁਰੂ ਨਾਨਕ, ਤੂੰ ਸੋ ਕੁਛ ਕਰਦਾ ਜੋ ਤੇਰੀਆਂ ਸੰਤਾਂ ਨੂੰ ਪਾਉਂਦਾ ਉਹ ਕਰ ਦਿੰਦਾ, ਕਿਉਂਕਿ ਤੇਰੇ ਸੰਤ ਤੇਰੇ ਭਗਤ ਪਿਆਰੇ ਨੇ, ਉਹਨਾਂ ਦਾ ਬੋਲ ਅਜਾਈ ਨਹੀਂ ਜਾ ਜੋ ਚਿਤਵਣ ਤੂੰ ਕਰ ਦਿੰਦਾ, ਕਿਉਂਕਿ ਤੇਰੇ ਪਿਆਰੇ ਸਪੁੱਤਰ ਨੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਰਦੇ,
ਕਿ ਜਨ ਦਾ ਕਿਹਾ ਹੋਇਆ ਬਚਨ ਦਰਗਾਹ ਵਿੱਚ ਤਤਕਾਲ ਮੰਨਿਆ ਜਾਂਦਾ, ਪਰਮੇਸ਼ੁਰ ਮੰਨਦਾ। ਜਾ ਕਾ ਕਹਿਆ ਦਰਗਹਿ ਜਾਵੇ, ਸੋ ਕਿਸ ਕੋ ਨਦਰ ਦਇਆ ਗਿਆ। ਦਰਗਾਹ ਵਿੱਚ ਪ੍ਰਵਾਨ ਜਨ ਦਾ ਬੋਲ ਅਜਾਈ ਨਹੀਂ ਜਾਂਦਾ, ਕੋਈ ਵੱਲ ਸਰਾਬ ਦਵਿਓ ਪੂਰਾ, ਕਿਉਂਕਿ ਜਨ ਬਣਿਆ। ਹਰ ਸੋ ਕਿਸ ਕਰੇ, ਪ੍ਰਮਾਤਮਾ ਉਹ ਕਰਦਾ ਜੋ ਸੰਤਾਂ ਨੂੰ ਭਾਉਂਦਾ, ਭਗਤਾਂ ਨੂੰ ਭਾਉਂਦਾ। ਜਗਤ ਭਾਵੇਂ ਇੱਕ ਪਾਸੇ ਹੋ ਜਾਵੇ, ਕਿਸੇ ਜਗਤ ਦੀ ਪ੍ਰਵਾਹ ਕੋਈ ਅਧੀਨਗੀ ਨਹੀਂ ਪਰਮੇਸ਼ੁਰ ਦੀ, ਪਰ ਜੋ ਭਗਤ ਸੰਤ ਨੂੰ ਭਾਵੇ ਉਹ ਹੁੰਦਾ ਹੈ, ਕਰਦਾ ਹੈ ਪਰਮੇਸ਼ੁਰ। ਪਾਤਸ਼ਾਹ ਫਰਮਾਉਂਦੇ, ਅਰੂੜੋ ਠਾਕੁਰ ਕਿਤੇ ਵਸ ਨਾ ਆਵੈ, ਹਰ ਸੋ ਕਿਸ ਕਰੇ ਜੇ ਹਰ ਕੀਆਂ ਸੰਤਾਂ। ਕਿਉਂਕਿ ਸੰਤਾਂ ਭਗਤਾਂ ਨੇ ਪਰਮੇਸ਼ੁਰ ਨੂੰ ਵਸ ਵਿੱਚ ਕੀਤਾ ਹੋਇਆ। ਸਾਰਾ ਜਗਤ ਕੁੱਲ ਕਾਇਨਾਤ ਪਰਮੇਸ਼ੁਰ ਦੇ ਵਸ ਵਿੱਚ, ਪਰ ਮੇਰਾ ਪਰਮੇਸ਼ੁਰ ਪਿਆਰਾ ਭਗਤਾਂ ਦੇ ਵਸ ਵਿੱਚ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ, ਭਗਤਾਂ ਦੇ ਵਸ ਹੈ ਮੇਰਾ ਵਾਹਿਗੁਰੂ ਗੁਰੂ ਨਾਨਕ। ਕੀਤਾ ਲੋੜ ਨਸੋਈ ਕਰਾਏ, ਦਰ ਫੇਰ ਨਾ ਕੋਈ ਪਾਏਗਾ। ਜੋ ਉਹ ਕਰਨਾ ਚਾਹੁੰਦੇ ਨੇ ਰੱਬ ਦੇ ਜਨ ਭਗਤ ਫਕੀਰ ਸੰਤ, ਕਿ ਮੇਰੇ ਗੁਰੂ ਨਾਨਕ ਤੇਰੇ ਪਾਸੋਂ ਕਰਾ ਲੈਂਦੇ ਜੋ ਕਰਨਾ ਚਾਹੁੰਦਾ। ਪਰਮੇਸ਼ਵਰ ਵੀ ਕਰਦਾ, ਜੋ ਭਗਤ ਚਿਤਵਨ ਉਹ ਤਤਕਾਲ ਮੰਨ ਲੈਂਦਾ। ਉਹਨਾਂ ਸੰਤਾਂ ਦਾ ਕਹਿਣਾ ਤੇਰੇ ਦਰ ਤੋਂ ਕੋਈ ਮੋੜਨਾ ਨਹੀਂ ਪਾਉਂਦਾ, ਕੋਈ ਮੋੜ ਸਕਦਾ, ਕਿਉਂਕਿ ਬਚਨ ਰੱਬ ਦੇ ਜਨ ਦਾ ਹੋਇਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਅਟਲ ਬਚਨ ਜਿਸ ਪਾਵਨ ਧਰਤੀ ਤੇ ਬੈਠੇ, ਇਹ ਨਾਨਕ ਸਰ ਭਗਤੀ ਦਾ ਘਰ ਵੈਕੁੰਠ ਧਾਮ। ਕੈਸੇ ਬਚਨ ਕੈਸੀਆਂ ਬਖਸ਼ਿਸ਼ਾਂ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਕੀਤੀਆਂ। ਕਿ ਪਿਆਰੀ ਉਹ ਕੋਈ ਪੰਖੀ ਵੀ ਉੱਡ ਕੇ ਉੱਪਰੋਂ ਦੀ ਲੰਘ ਗਿਆ, ਨਰਕ ਵਿੱਚ ਨਹੀਂ ਜਾ ਰਿਹਾ। ਇਹ ਘਰ ਗੁਰੂ ਨਾਨਕ ਦਾ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਤੇ ਰੱਬ ਦੇ ਜਨ ਦਾ ਵਾਸਾ ਹੈ। ਭਗਤਾਂ ਦੀ ਸਭਾ ਮੰਡਲੀ ਲੱਗਦੀ, ਜਿੱਥੇ ਇੱਕ ਨਾਮ ਦੀ ਹੀ ਗੱਲ ਹੈ, ਕੋਈ ਦੂਜੀ ਨਹੀਂ। ਨਾਮ ਹੀ ਜਪਿਆ ਜਾਂਦਾ, ਨਾਮ ਹੀ ਜਪਾਇਆ ਜਾਂਦਾ। ਪਾਤਸ਼ਾਹ ਫਰਮਾਉਂਦੇ, ਕਿਉਂਕਿ ਸੰਤਾਂ ਦਾ ਭਗਤਾਂ ਦਾ ਜੋ ਜੋ ਚਿੱਤ ਵੈ, ਭਗਤ ਜਨ ਸੋ ਲੇਤਾ, ਮਾਨ ਮੰਨ ਲੈਂਦਾ ਹੈ। ਮੇਰੇ ਭਗਤ ਦਾ ਬਚਨ, ਮੇਰੇ ਪਿਆਰੇ ਦਾ ਬੋਧ, ਉਹ ਮੋੜਨਾ ਉਹਨਾਂ ਦੀ ਬਾਤ ਨੂੰ ਸਤ ਕਰ ਦਿੰਦਾ। ਜੋ ਵੀ ਕਹਿ ਦੇ ਪਰਮੇਸ਼ਰ ਨੂੰ ਉਹ ਸਤ ਕਰਨਾ ਹੀ ਪੈਂਦਾ। ਗੌਤਮ ਰਿਸ਼ੀ ਨੇ ਬਚਨ ਕਹਿ ਦਿੱਤਾ, ਅਹਲਿਆ ਪੱਥਰ ਬਣ ਜਾਵੇ, ਉਹ ਆਪਣੇ ਪਤੀ ਦਾ ਨਹੀਂ ਪਤਾ ਲੱਗਿਆ, ਪੱਥਰ ਬਣ ਗਈ। ਬੇਨਤੀਆਂ ਜੋਈਆਂ, ਹੇ ਸੁਆਮੀ ਤੁਹਾਡਾ ਰੂਪ ਧਾਰਿਆ ਸੀ ਇੰਦਰ, ਬਖਸ਼ ਲਓ ਮੇਰਾ ਉਧਾਰ ਕਰ, ਮੈਂ ਲਭਗ।
ਆਖਿਆ ਹੁਣ ਬਚਨ ਤਾਂ ਮੈਂ ਬੋਲ ਨਹੀਂ ਸਕਦਾ, ਯੁੱਗ ਪਲਟਾ ਦਿੰਦਾ ਹਾਂ। ਗੌਤਮ ਰਿਸ਼ੀ ਨੇ ਯੁੱਗ ਪਲਟਾ ਦਿੱਤਾ ਪਰ ਬਚਨ ਉਹ ਨਹੀਂ ਬੋਲ, ਕਿਉਂਕਿ ਸਾਧੂ ਦਾ ਬਚਨ ਅਟਲ ਹੁੰਦਾ। ਸਤਿਯੁਗ ਤ੍ਰੇਤਾ ਦੁਆਪਰ ਹੀ ਆਉਣਾ ਸੀ ਤ੍ਰੇਤਾ, ਐਸੇ ਰਿਸ਼ੀ ਮਹਾਤਮਾ ਹੋਏ ਵੇ ਪਾਂਡਵ ਰਿਸ਼ੀ ਜੀ ਰਿਸ਼ੀ ਆਇਆ ਬਚਨ ਕੀਤਾ, ਕਿਸ ਨੇ ਮੇਰੇ ਗੁਰੂ ਦੀ ਪਿਤਾ ਦੀ ਵਗਿਆ ਕੀਤੀ ਮਰਿਆ ਸੱਪ ਗਲ ਵਿੱਚ ਪਾ ਦਿੱਤਾ। ਅੱਜ ਤੂੰ ਸੱਤਵੇਂ ਦਿਨ ਸੱਪ ਲੜ ਕੇ ਮਰਿਆ। ਜਦੋਂ ਨੇਤਰੇ ਖੋਲੇ ਸਿਆ ਇਹ ਬਚਨ ਨਹੀਂ ਕਹਿਣਾ। ਉਹ ਰਾਜਾ ਬੜਾ ਧਰਮੀ ਸੀ, ਪਰਿਸ਼ਤ ਰਾਜਾ, ਉਸਦੀ ਬੁੱਧੀ ਕਲਯੁਗ ਨੇ ਫਰੇਰੀ, ਕਿਉਂਕਿ ਬਚਨ ਹੋਇਆ ਸੀ ਕਿ ਕਿੱਥੇ ਵਸਣਾ ਤੂੰ ਸੋਨੇ ਤੇ ਵਸ, ਸੋਨਾ ਮੁਗਧ ਤੇ ਲੱਗਿਆ ਸੀ ਪਰਿਸ਼ਤ ਰਾਜੇ ਬੁੱਧੀ ਫੇਰ। ਰਾਜਾ ਬੜਾ ਧਰਮੀ ਰਾਜਾ ਸੀ, ਜਾ ਉਸਨੂੰ ਖਬਰ ਪਹੁੰਚਾ ਕਿ ਕੋਈ ਆਪਣਾ ਬਚਾ ਕਰ। ਰਾਜੇ ਪ੍ਰੀਸ਼ਤ ਨੇ ਜਲ ਦੇ ਵਿੱਚ ਸੀਸ ਮਹਿਲ ਬਣਾ ਲਿਆ, ਜਲ ਸੀਸ ਮਹਿਲ ਬਣਾਇਆ ਰਾਜੇ ਪ੍ਰੀਸ਼ਤ ਨੇ। ਵੱਡੇ ਅਹਿਲਕਾਰ ਮਹਾਂ ਪਾਠ ਵੀ ਆਰੰਭ ਕਰ ਦਿੱਤਾ ਸੁਖਦੇਵ ਮੁਨੀ ਜੀ। ਸੱਤਵੇਂ ਦਿਨ ਭੋਗ ਪੈਣਾ ਸੀ, ਸਮਾਪਤੀ ਹੋਣੀ ਸੀ। ਮਾਲੀ ਫੁੱਲ ਬਗੀਚੇ ਤੋਂ ਤੋੜ ਕੇ ਜਦੋਂ ਭੇਟਾ ਕੀਤੇ ਰਾਜੇ ਨੇ ਮਸਤਕ ਤੇ ਲਾਣ ਲੱਗਾ ਤਸ਼ਕ ਨਾਲ, ਜੋ ਕੀੜੀ ਦਾ ਰੂਪ ਬਣ ਕੇ ਫੁੱਲਾਂ ਵਿੱਚ ਬੈਠ ਗਿਆ। ਹੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਲ ਖਤਿਆ, ਤਤਕਾਲ ਸਵਾਸ ਖਿਚਿਆ, ਕਿਉਂਕਿ ਆਗਿਆ ਅਕਾਲ ਪੁਰਖ ਦੀ। ਸਾਧੂ ਦੇ ਬਚਨ ਪਰਮੇਸ਼ਰ ਨੂੰ ਤਤਕਾਲ ਮੰਨਣੇ ਪੈਂਦੇ ਨੇ, ਬਚਨ ਸਾਧੂ ਦਾ ਉਹ ਅਟਲ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਦੇਹੋ ਦਰਸ ਜਿਤ ਮਨ ਤ੍ਰਿਪਤਾ ਸਹਿ ਹਰ ਕੀਰਤਨ ਮਨ ਠਹਿਰਾਏ ਦਾ ਰੂੜੋ ਠਾਕੁਰ ਕਿਤੇ ਵਸ ਨਾ ਹਰ ਸੋ ਕਿਸ ਕਰੇ ਜੇ ਖਰਕਿਆਂ ਸੰਤਾਂ ਦਾ। ਉਹ ਕਰਦਾ ਹੈ ਪਰਮੇਸ਼ਰ ਜੋ ਸੰਤਾਂ ਨੂੰ ਪਾ ਜਾ, ਉਹਨਾਂ ਦਾ ਬਚਨ ਨਹੀਂ ਮੋੜਦਾ, ਕਿਉਂਕਿ ਸੰਤ ਰੱਬ ਦੇ ਸਪੁੱਤਰ ਨੇ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਧਾਤਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਵੀ ਸੌਤਰਾ ਬਣਾਇਆ। ਕੀਤਾ ਲੋੜਨ ਸੋਈ ਕਰਾਏ, ਡਰ ਫੇਰ ਨਾ ਕੋਈ ਪਾਏਗਾ। ਜੋ ਕਰਨਾ ਚਾਹੁੰਦੇ ਨੇ ਰੱਬ ਦੇ ਜਨ ਭਗਤ ਸੰਤ, ਸੋਈ ਤੇਰੇ ਪਾਸੋਂ ਕਰਾ ਲੈਂਦੇ ਨੇ ਮੇਰੇ ਗੁਰੂ ਨਾਨਕ। ਤੂੰ ਕਰਦਾ ਤੇਰੇ ਸੰਤ, ਉਹਨਾਂ ਸੰਤਾਂ ਦਾ ਕਹਿਣਾ ਤੇਰੇ ਦਰ ਤੋਂ ਕੋਈ ਮੋੜਨਾ ਨਹੀਂ, ਉਹਨਾਂ ਦੀ ਬਾਤ ਤੂੰ ਸਤ ਕਰਦਾ। ਜਿੱਥੇ ਆਓ ਘਟ ਆਏ ਬੰਦਤ ਹੈ ਪ੍ਰਾਣੀ, ਤਿੱਥੇ ਹਰ ਧਿਆਈਐ ਸਾਰੰਗ ਪਾਣੀ। ਜਿੱਥੇ ਪ੍ਰਾਣੀ ਨੂੰ ਔਖ ਬਣ ਆਉਂਦੀ ਔਖੀ ਘੜੀ ਆ ਗਈ, ਇੱਥੇ ਹੇ ਮੇਰੇ ਗੁਰੂ ਨਾਨਕ ਹੇ ਵਾਹਿਗੁਰੂ ਸਾਰੰਗ ਪਾਣੀ ਤੈਨੂੰ ਧਿਆਉਂਦੇ ਨੇ, ਫਿਰ ਤੂੰ ਉਹਨਾਂ ਦੀ ਪੈਜ ਰੱਖਦਾ।
ਜਿੱਥੇ ਹਰ ਅਰਾਧੀ ਜਿੱਥੇ ਹਰ ਮਿੱਤਰ ਤੂੰ ਆਪ ਸਹਾਇ ਕਰ। ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ, ਤਿੱਥੇ ਹਰ ਆਪ ਛਡਾਏਗਾ। ਜਿੱਥੇ ਪੁੱਤਰ ਇਸਤਰੀ ਕੋਈ ਵੀ ਬੇਲੀ ਨਹੀਂ ਬਣਦਾ, ਵਾਸਤਵ ਤੇ ਕੋਈ ਬੇਲੀ ਆਪਣਾ ਹੈ ਵੀ ਨਹੀਂ ਪਿਆਰੀ। ਬੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੋਏ, ਪੈਜ ਮੇਰੇ ਵਾਹਿਗੁਰੂ ਰਾਮ ਨੇ ਰੱਖਾ। ਹੇ ਵਾਹਿਗੁਰੂ, ਤਿੱਥੇ ਤੂੰ ਆਪ ਆਪਣੇ ਪਿਆਰਿਆਂ ਨੂੰ ਛਡਾਉਂਦਾ। ਬਾਹਾਂ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ, ਆਪ ਬਾਹ ਫੜਦਾ ਹੈ ਮੇਰਾ, ਕਿਉਂਕਿ ਵੱਡਾ ਸਮਰੱਥ ਮੇਰਾ ਵਾਹਿਗੁਰੂ। ਜਿੱਥੇ ਕੋਈ ਵੀ ਸਹਾਈ ਨਹੀਂ ਉੱਥੇ ਆਪ ਪਹੁੰਚਦਾ ਹੈ ਰੱਖਦਾ। ਜਿੱਥੇ ਪੁੱਤਰ ਕਲੱਤਰ ਨਾ ਬੇਲੀ ਕੋਈ, ਤਿੱਥੇ ਹਰ ਆਪ ਛਡਾਏ। ਵੱਡਾ ਸਾਹਿਬ ਆਗਮ ਅਥਾ, ਕਿਉਂ ਮਿਲੀ ਹੈ ਪ੍ਰਭ ਵੇ ਪਰਵਾ। ਤੂੰ ਵੱਡਾ ਸੁਆਮੀ ਆਗਮ ਅਥਾ ਹੈ, ਹੇ ਮੇਰੇ ਵਾਹਿਗੁਰੂ ਬੇਪਰਵਾ ਬੇਮੋਹਤਾ। ਤੈਨੂੰ ਕਿਸ ਪ੍ਰਕਾਰ ਮਿਲੀ, ਕਿਵੇਂ ਤੇਰੀ ਪ੍ਰਾਪਤੀ ਹੋ ਗਈ, ਕਿਵੇਂ ਤੂੰ ਪ੍ਰਸੰਨ ਹੋ ਗਏ। ਕਾਟ ਸਿਲਕ ਜਿਸ ਮਾਰਗ ਪਾਏ, ਸੋ ਵਿੱਚ ਸੰਗਤ ਵਾਸਾ ਪਾਏਗਾ। ਵਾਸਨਾ ਨੂੰ ਫਾਂਸੀ ਕੱਟ ਕੇ ਜਿਸ ਨੂੰ ਤੂੰ ਮਾਰਗ ਵਿੱਚ ਪਾ ਦਿੰਦਾ ਹੈ, ਸ਼ੁਭ ਮਾਰਗ ਤੇ ਤੋਲਦਾ ਹੈ, ਸੋ ਸੰਗਤ ਵਿੱਚ ਵਾਸਾ ਪਾਉਂਦਾ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸਮ ਸਰ ਸਹੀ ਹੈ। ਜੋ ਹੁਕਮ ਨੂੰ ਸਮਝੇ ਕਿ ਗੁਰੂ ਦਾ ਕੀ ਹੁਕਮ ਉਪਦੇਸ਼ ਸੰਦੇਸ਼ ਹੈ, ਉਸਨੂੰ ਸੇਵਕ ਕਿਹਾ ਜਾਂਦਾ ਹੈ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੋ ਸੇਵਕ ਬਣੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਤੋ ਚੜ੍ਹਨਾ ਵਿੱਚ ਆਏ ਗਿਲਵਕੜੀ ਦੀ ਪਾਈ, ਚੜ੍ਹਨਾ ਤੇ ਢਹਿ ਪਏ ਸੇਵਕ ਬਣਾ, ਕਿਉਂਕਿ ਕੁੜਮਾਂ ਦਾ ਸਾਗ ਸੇਵਾ ਬਖਸ਼ੋ। ਫਿਰ ਸਤਿਗੁਰਾਂ ਨੇ ਕਿਹਾ ਸਾਨੂੰ ਇਸ਼ਨਾਨ ਕਰਾਇਆ ਕਿ ਬਖਸ਼ਿਸ਼ਾਂ ਹੋ। ਫਿਰ 12 ਸਾਲ ਗਾਗਰ ਦੀ ਸੇਵਾ ਕੀਤੀ, ਹੋਰ ਵੀ ਸੇਵਾਵਾਂ ਕੀਤੀਆਂ, ਬਖਸ਼ਿਸ਼ਾਂ ਲਈਆਂ। ਜਗਤ ਦੇ ਲੋਕਾਂ ਨੇ ਕੁਝ ਤੋਂ ਕੁਝ ਕਿਹਾ, ਬੜੇ ਕਬੂਲ ਬੋਲੇ, ਪਰ ਕਿਸੇ ਦੀ ਪਰਵਾਹ ਨਹੀਂ ਕੀਤੀ। ਜੋ ਰੱਬ ਦੇ ਪਿਆਰੇ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ, ਉਹ ਰੱਤੇ ਹੁੰਦੇ ਨੇ। ਜੋ ਰਾਤੇ ਰੰਗ ਏਕ ਕਹਿ ਨਾਨਕ, ਗੂੜਾ ਰੰਗ ਗੂੜਾ ਰੰਗ ਨਾ ਹੁੰਦਾ ਚਾਹਿਆ। ਬਖਸ਼ਿਸ਼ਾਂ ਲਈਆਂ ਤੀਜੇ ਗੁਰੂ ਨਾਨਕ ਬਣ ਗਏ ਪਾਤਸ਼ਾਹ ਫਰਮਾਉਂਦੇ ਨੇ, ਬੇਪਰਵਾਹ ਬੇਮੋਹਤਾ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਇ ਸਮ ਸਰ ਸਹੀ। ਇਹ ਦਇਆ ਕਰਕੇ ਐਸਾ ਬੁਰਾ ਭਲਾ ਦੋਵੇਂ ਸਮਾਨ ਕਰਕੇ ਸਿਖਾਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਸਨ, ਸਿੱਖ ਸੰਗਤਾਂ ਬੈਠੀਆਂ, ਬਾਬਾ ਦਾਤੂ ਜੀ ਆਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬੜੇ ਕਰੋਧ। ਸਤਿਗੁਰੂ ਪਾਤਸ਼ਾਹ ਜੀ ਦੀ ਲੱਤ ਮਾਰ ਗਈ,
ਪਾਤਸ਼ਾਹ ਬਿਰਧ ਸਰੀਰ ਡਿੱਗ ਪਏ, ਚਰਨ ਘੁੱਟਣ ਲੱਗ ਪਏ ਕਿ ਸਾਡਾ ਸਰੀਰ ਬਿਰਧ ਅਤੇ ਚਰਨਾਂ ਨੂੰ ਚੋਟ ਤਾਂ ਨਹੀਂ ਆ। ਐਸੀ ਨਿਵਾਣਤਾ ਨਿਮਰਤਾ, ਪਾਣੀ ਪਾਣੀ ਹੋ ਗਏ, ਬੜੇ ਕ੍ਰੋਧ ਵਿੱਚ ਸਨ ਬਾਬਾ ਦਾਤਾ ਕਿ ਐਸੀ ਨਿਵਾਣਤਾ ਤੋਂ ਤੁਸੀਂ ਸਭ ਕੁਝ ਲੈ ਲਿਆ। ਸਿੱਖ ਸੰਗਤਾਂ ਬੜੇ ਰੋਸ ਵਿੱਚ ਹੀ ਆਈਆਂ, ਪਾਤਸ਼ਾਹ ਨੇ ਸਭਨਾਂ ਨੂੰ ਮਨਾ ਕਰ ਦਿੱਤਾ, ਕਿਸੇ ਨੇ ਕੁਝ ਨਹੀਂ ਕਹਿਣਾ, ਮੇਰੇ ਮੁਰਸ਼ਦ ਮੇਰੇ ਗੁਰੂ ਦੇ ਸਾਹਿਬਜ਼ਾਦੇ। ਐਸੀ ਸਹਿਣਸ਼ੀਲਤਾ ਦੇ ਮਾਲਕ ਆਪ ਜਗਤ ਦੇ ਰਹਿਬਰ ਗੁਰੂ ਅਮਰਦਾਸ ਮਹਾਰਾਜ ਜੀ, ਐਸੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਇ ਸਭ ਸਤਿ ਸਹੀ। ਸਭ ਤੇਰੇ ਹੁਕਮ ਦੇ ਵਿੱਚ ਜਾਣੀਏ ਕਿ ਪਰਮੇਸ਼ਰ ਦਾ ਹੁਕਮ ਭਾਣਾ। ਹੋ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿਜ ਸਮਾਏਦਾ। ਹੰਤਾ ਤੇ ਮਮਤਾ ਚਲੀ ਜਾਵੇ ਤਾਂ ਇੱਕ ਨੂੰ ਸਮਝਦਾ ਹੈ ਇੱਕ ਕੀ ਹੈ, ਇੱਕ ਜਗਤ ਦਾ ਮਾਲਕ ਹੈ, ਇੱਕ ਨੇ ਹੀ ਸੁੰਦਰ ਜਗਤ ਦੀ ਰਚਨਾ ਕੀਤੀ, ਇੱਕ ਹੀ ਪਾਲਣਾ ਕਰਦਾ ਹੈ, ਇੱਕ ਦਾ ਹੀ ਹੁਕਮ ਚੱਲਦਾ, ਇੱਕ ਹੀ ਲੈ ਕੇ ਇੱਕ ਦਾ ਹੀ ਆਕਾਰ ਹੈ। ਇੱਕੋ ਦਿਸ ਹੈ ਸੱਜਣੋ ਇੱਕੋ ਭਾਈ, ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ, ਇਹ ਜਗਤ ਹੀ ਇੱਕ ਦਾ ਹੈ। ਜਿਸਨੇ ਕੌਮੇ ਨੂੰ ਦੂਰ ਕੀਤਾ ਹੰਤਾ ਮਮਤਾ ਜਲਾ, ਇੱਕ ਨੂੰ ਸਮਝ ਲਿਆ, ਜੋ ਸਮਝਦਾ ਉਹ ਗੁਰਮੁਖ ਸਹਿਜ ਪਦ ਵਿੱਚ ਸੁਤੇ ਸਮਾ ਜਾਂਦਾ। ਖਾਰ ਕੇ ਭਗਤ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀਤ ਉਦਾਸੀ। ਹਰੀ ਦੇ ਜੋ ਭਗਤ ਨੇ ਪਿਆਰੇ ਨੇ, ਸੋ ਅਚੁੱਤ ਸੁਖ ਦੇ ਵਾਸੀ ਨੇ ਪਿਆਰੇ ਨੇ। ਬਾਲ ਅਵਸਥਾ ਤੇ ਹੀ ਸੁਭਾਵਕ ਬਾਲਕ ਸਮ ਸਰਲ ਸੁਭਾਗ ਹੈ ਉਹਨਾਂ, ਸੰਸਾਰ ਵਿੱਚ ਅਤੀਤ ਹੋ ਕੇ ਉਦਾਸ ਰਹਿੰਦੇ ਨੇ, ਵਿਚਰਦੇ ਨੇ ਜਗਤ ਵਿੱਚ, ਬੜੇ ਪਦਾਰਥ ਧਨ ਪਰ ਨਿਰਲੇਪ ਨੇ ਰੱਬ ਦੇ ਜਨ ਪਿਆਰੇ। ਅਨਕ ਰੰਗ ਕਰਹਿ ਬਹੁ ਭਾਤ, ਜਿਉ ਪਿਤਾ ਭੂਤ ਲਾਡਾਏਗਾ। ਦਿਨ ਰਾਤ ਅਨੇਕ ਤਰ੍ਹਾਂ ਆਨੰਦ ਭੋਗਣੇ ਕਰਦੇ ਨੇ, ਜੈਸੇ ਪਿਤਾ ਪੁੱਤਰ ਨੂੰ ਲਾਡ ਲੜਾਉਂਦਾ ਹੈ ਪਿਤਾ, ਤੈਸੇ ਤਿੰਨ ਭਗਤਾਂ ਨੂੰ ਹੇ ਪਰਮੇਸ਼ਰ ਹੇ ਮੇਰੇ ਗੁਰੂ ਨਾਨਕ ਤੂੰ ਆਪ ਲਾਡ ਲੜਾਉਂਦਾ, ਕਿਉਂਕਿ ਭਗਤ ਪਿਆਰੇ ਨੇ ਪਰਮੇਸ਼ਰ ਨੂੰ ਮੇਰੇ ਵਕਤ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜਗਤ ਦੇ ਰਹਿਬਰ ਜਗਤ ਗੁਰੂ, ਕੈਸਾ ਪਿਆਰ ਹੈ ਆਪਣੇ ਆਪ ਭਗਤਾਂ ਨਾਲ, ਜਿਵੇਂ ਮਾਂ ਪਿਓ ਨੂੰ ਪੁੱਤਰਾਂ ਨਾਲ। ਕਈ ਦਿਨਾਂ ਦੇ ਸਾਧੂ ਭੁੱਖੇ ਲੰਗਰ ਛਕਾਇਆ, ਆਪ ਵਰਤਾਇਆ ਆਪ ਤਿਆਰ ਕਰਾਇਆ। ਬਾਬਾ ਮਹਿਤਾ ਕਾਲੂ ਜੀ ਨੇ 20 ਰੁਪਏ ਸੱਚਾ ਸੌਦੇ ਵਾਸਤੇ ਦਿੱਤੇ, ਲੰਗਰ ਚਲਾਇਆ ਕਿ ਮੇਰੇ ਭਗਤ ਮੇਰੇ ਪਿਆਰੇ ਸਪੁੱਤਰ ਭੁੱਖੇ। ਉਹ ਪਿਤਾ ਤੋਂ ਬਾਅਦ ਵੀ ਖਾਧੀ, ਕਿਉਂਕਿ ਉਹ ਰੱਬ ਦੇ ਪਿਆਰੇ ਆਪ ਪਰਮੇਸ਼ਰ ਨਿਰੰਕਾਰ ਕਿ ਮੇਰੇ ਪਿਆਰੇ ਨਾ ਭੁੱਖੇ।
ਕਿਉਂਕਿ ਕੈਸਾ ਮਾਲਕ ਹੈ। ਜਿਵੇਂ ਮਾਤਾ ਪਿਤਾ ਨੂੰ ਪੁੱਤਰ ਪਿਆਰੇ, ਭਗਤ ਵੀ ਰੱਬ ਨੂੰ ਇੰਜ ਪਿਆਰੇ। ਆਗਮ ਅਗੋਚਰ ਕੀਮਤ ਨਹੀਂ ਪਾਈ, ਤਾਂ ਮਿਲੀ ਹੈ ਜਾਲੇ ਬਲਾਈ। ਮਨ ਵਾਣੀ ਕਾ ਵਿਸ਼ੇ, ਤੇਰੀ ਕੀਮਤ ਕਿਸੇ ਨੇ ਨਹੀਂ ਪਾਈ, ਤੇਰੀ ਤਾਂ ਮਿਲੀ ਦਾ ਮੇਰੇ ਵਾਂਗੇ ਗੁਰੂ, ਤੂੰ ਆਪ ਮਿਲਾ ਲੈ। ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਏਗਾ। ਤੂੰ ਤਿੰਨ ਪੁਰਸ਼ਾਂ ਨੂੰ ਗੁਰੂ ਦੁਆਰੇ ਪ੍ਰਗਟ ਹੋਇਆ, ਜਿਨ੍ਹਾਂ ਦੇ ਆਦਿ ਤੋਂ ਮਸਤਕ ਪਰ ਬ੍ਰਹਮਾ ਪਾਸੋਂ ਸ਼ੁਭ ਲੇਖ ਲਿਖਾ ਦਿੰਦਾ, ਕਿਉਂਕਿ ਆਦਿ ਤੋਂ ਲੇਖ ਲਿਖੇ ਸੀ ਗੁਰੂ ਅਮਰਦਾਸ ਮਹਾਰਾਜ ਜਿਸ ਸਮੇਂ ਗੰਗਾ ਇਸ਼ਨਾਨ ਕਰਨ ਜਾਂਦੇ ਹੁੰਦੇ। ਪੰਡਿਤ ਬ੍ਰਹਮਾ ਸਤਿਗੁਰੂ ਪਾਤਸ਼ਾਹ ਜੀ ਲੇਟੇ, ਜਾ ਚੰਨ ਦੇਖਿਆ ਪਦਮ ਖੈ ਚੜਨਾ, ਨਮਸਕਾਰ ਡੰਡੋਤ ਕੀਤੀ ਕਿ ਸਤਿਗੁਰੂ ਤੁਹਾਡੇ ਸੀਸ ਤੇ ਛਤਰ ਚੁੱਲਣ। ਐਸਾ ਸਮਾਂ ਆਵੇਗਾ ਜਗਤ ਪੂਜੇਗਾ ਤੁਹਾਨੂੰ, ਸੀ ਮਹਾਨ ਪੁਰਸ਼। ਤੇ ਦੱਛਣਾ ਕੁਝ ਦੇਣ ਲੱਗੇ ਪਾਤਸ਼ਾਹ, ਕਹਿਣ ਲੱਗੇ ਹੁਣ ਨਹੀਂ ਕੁਝ ਲੈ, ਉਦੋਂ ਲਵਾਂ ਜਦੋਂ ਤੁਸੀਂ ਸਿੰਘਾਸਨ ਤੇ ਬਿਰਾਜਮਾਨ। ਪੰਡਿਤ ਨਾਲ ਮੇਲ ਹੋਇਆ ਗੁਰਦੇਵ ਪਾਤਸ਼ਾਹ ਜੀ ਦੇ, ਜੋ ਸਤਿਗੁਰੂ ਤੀਰਥ ਯਾਤਰਾ ਕਰ ਜਗਤ ਨੂੰ ਤਾਰਨ ਵਾਸਤੇ, ਫਿਰ ਲੋਕ ਤੇ ਪਰਲੋਕ ਦੇ ਸੁੱਖ ਮੰਗ ਲਏ, ਫਿਰ ਬਖਸ਼ਿਸ਼ਾਂ ਹੋਈਆਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮ ਦਾ ਬਖਸ਼ਿਸ਼ਾਂ ਕੀਤੀਆਂ, ਕਿਉਂਕਿ ਆਪ ਮਾਨ ਜਗਤ। ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਏਗਾ। ਕਿਉਂਕਿ ਲੇਖ ਜੋ ਮਸਤਕ ਵਿੱਚ ਆਦਿ ਤੋਂ ਲਿਖਿਆ ਹੈ ਕਿ ਇਹ ਮਰਾਤਬੇ ਮਿਲਣੇ ਨੇ, ਸੇਵਾ ਟਹਿਲ ਕਰਕੇ ਇਸ ਮਰਾਤਬੇ ਤੇ ਪਹੁੰਚਣਾ। ਬਿਰਦ ਅਵਸਥਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗਾਗਰ ਦੀ ਸੇਵਾ ਕੀਤੀ, ਇਸ਼ਨਾਨ ਗੁਰਦੇਵ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਕਰਨਾ, ਹੋਰ ਵੀ ਸੇਵਾਵਾਂ ਕਰਨਾ, ਐਸੀਆਂ ਬਖਸ਼ਿਸ਼ਾਂ ਲੈਣੀਆਂ, ਹੇਠਾਂ ਸੇਵਾ ਕੀਤੀ, ਤੀਜੇ ਗੁਰੂ ਨਾਨਕ ਬਣੇ। ਤੂੰ ਆਪੇ ਕਰਤਾ ਕਾਰਣ ਕਰਨਾ, ਸ੍ਰੇਸ਼ਟ ਉਪਾਏ ਧਰੀ ਸਭ ਧਰਣਾ। ਹੇ ਕਰਤਾ ਹੇ ਨਿਰੰਕਾਰ, ਤੂੰ ਆਪ ਹੀ ਸਭ ਕਾਰਨਾਂ ਦੇ ਕਰਨਹਾਰਾ ਹੈ, ਜਗਤ ਦਾ ਮਾਲਕ ਹੈ, ਧਰਤੀ ਪਰ ਸਾਰੀ ਸ੍ਰੇਸ਼ਟੀ ਉਪਾ ਰੱਖੀ, ਸ੍ਰੇਸ਼ਟੀ ਉਪਾਏ ਧਰੀ ਸਭ ਧਰਣਾ। ਜਨ ਨਾਨਕ ਸਰਣ ਪਿਆ ਹਰ ਦੁਆਰ, ਹਰ ਭਾਵੈ ਲਾਜ ਰਖਾਏਗਾ। ਮੈਂ ਦਾਸ ਹੀ ਮੇਰੇ ਗੁਰੂ ਨਾਨਕ ਤੇਰੇ ਦੁਆਰੇ ਦੀ ਸ਼ਰਨ ਪਿਆ, ਹੋ ਆਇਆ ਦੂਰੋਂ ਚੱਲ ਕੇ ਦੂਰ ਦਾ ਪੈਂਡਾ, ਕਈਆਂ ਜਨਮਾਂ ਤੋਂ ਗੁਜ਼ਰ ਕੇ ਆਇਆ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਣਾਏ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ, ਤੂੰ ਮਾਲਕ।
ਦੁੱਖ ਭੰਜਨ ਖਾਦ ਤੂੰ ਦਾਤਾ, ਦੀਨ ਦਰਦ ਦੁੱਖ ਭੰਜਨ ਆ ਘਟ ਘਟ ਨਾਥ ਅਨਾਥ, ਸਰਨ ਤੋਂ ਮਾਰੀ ਆਇਓ ਨਾਨਕ ਕੇ ਪ੍ਰਭਾ, ਕਿਉਂਕਿ ਤੇਰੀ ਸ਼ਰਨ ਵਿੱਚ ਆਏ ਤੂੰ ਮਾਲਕ, ਜੈਸੇ ਤੈਨੂੰ ਭਾਵੇ ਹਰ ਭਾਵ ਹੈ ਲਾਜ ਰੱਖਣਾ, ਸੇ ਤੂੰ ਲਾਜ ਰੱਖਾਉਂਦਾ ਇੱਥੇ ਸਾਡੀ ਲਾਜ ਰੱਖ ਲੈ, ਰੱਖੋ ਆਪਣੀ ਸਰਨ ਮੋਖੀ ਕਿਰਪਾ ਧਾਰੇ, ਸੇਵਾ ਕਿਛੂ ਨਾ ਜਾਨੋ ਨੀਚ ਮੂਰਖ, ਮਾਰੂ ਸੋਲੇ ਮਖਲਾ ਪੰਜੋ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੋ ਦੀ ਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸ੍ਰਵਣ ਸੁਣੀਐ ਸਤਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਫਰਮਾਉਂਦੇ ਨੇ, ਪਰਿਪੂਰਨ ਪਰਮਾਤਮਾ ਦੀ ਸਨਮੁਖ ਬੇਨਤੀ ਕਰਦੇ, ਜੋ ਦੀਸੈ ਸੋ ਏਕੋ ਤੂੰ ਹੈ, ਬਾਣੀ ਤੇਰੀ ਸ੍ਰਵਣ ਸੁਣੀ, ਹੇ ਮੇਰੇ ਗੁਰੂ ਨਾਨਕ ਜੋ ਦੇਖਦੇ ਤੱਕਦੇ ਹਾਂ ਸੋ ਇੱਕ ਤੂੰ ਹੀ ਤੂੰ ਹੈ, ਕੋਈ ਦੂਜਾ, ਸਭਨਾ ਵਿੱਚ ਤੂੰ ਬੈਠਾ ਹੈ, ਤੇਰੀ ਜੋਤ ਸਤਾ ਸਪੋਤੀ ਤੂੰ ਹੀ ਦਿੰਦਾ, ਬੋਲਦੇ ਨੇ ਵਿਚਰਦੇ ਨੇ ਵਿਹਾਲ ਧੰਦੇ ਇਹ ਮਨੁੱਖ ਕਰਦੇ, ਤੂੰ ਜੋ ਕੰਨਾਂ ਦੁਆਰੇ ਬਾਣੀ ਸੁਣੀ ਦੀ ਸੋ ਵੀ ਸਭ ਤੇਰੀ ਹੀ, ਬਾਣੀ ਤੇਰੀ ਸ੍ਰਵਣ ਸੁਣੀ ਹੈ, ਤੇਰੀ ਬਾਣੀ ਕੋਈ ਦੂਜਾ, ਦੂਜੀ ਅਵਰ ਨਾ ਜਾਪ ਸਕਾਈ, ਸਗਲ ਤੁਮਾਰੀ ਧਾਰਣਾ, ਦੂਸਰੀ ਵਸਤੂ ਔਰ ਕੋਈ ਨਹੀਂ ਜਾਣੀ, ਸਾਰੀ ਸ੍ਰਿਸ਼ਟੀ ਤੇਰੀ ਧਾਰਨਾ, ਭਾਵ ਤੂੰ ਹੀ ਸਰਬ ਰੂਪ ਹੈ, ਹੇ ਮੇਰੇ ਜੋਜੀ ਪ੍ਰੀਤਮ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਤੇਰੇ ਤੋਂ ਬਿਨਾਂ ਕੋਈ, ਕਿਉਂਕਿ ਪਿਆਰੀ ਹੋ ਚੋਜੀ ਪ੍ਰੀਤਮ ਨੇ ਇੱਕ ਖੇਲ ਰਚਿਆ ਹੋਇਆ ਹੈ ਜਗਤ ਸੰਸਾਰ ਦਾ, ਆਪ ਜੋਗੀ ਆਪ ਵੱਡਾ ਭੋਗੀ, ਕਿਉਂਕਿ ਚੋਜੀ ਪ੍ਰੀਤਮ ਆਪ ਹੀ ਜਗਤ ਵਿੱਚ ਆਉਂਦਾ ਹੈ, ਫਿਰ ਸੰਤ ਦੇ ਰੂਪ ਵਿੱਚ ਸੋਝੀ ਦੇ ਸਮਤ ਕਿ ਇਸ ਤਰ੍ਹਾਂ ਮੰਨੋ ਇਸ ਤਰ੍ਹਾਂ ਪੂਜੋ, ਜਿਵੇਂ ਧੰਨ ਧੰਨ ਬਾਬਾ ਨਮ ਸਿੰਘ ਮਹਾਰਾਜ ਜੀ ਆਏ, ਆਪ ਬਖਸ਼ਿਸ਼ਾਂ ਕੀਤੀਆਂ ਨਾਮ ਨੂੰ ਜਪਦੇ, ਆਪ ਪ੍ਰਤੱਖ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੂਜਿਆ, ਪ੍ਰਤੱਖ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਗਟ ਕੀਤਾ, ਭੋਗ ਲਵਾਇਆ, ਉਪਦੇਸ਼ ਬਖਸ਼ਿਆ ਜਗਤ ਸੰਸਾਰ ਵਿੱਚ ਵਿਚਰ ਕੇ, ਕਿ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਨਾਨਕ ਦਸ ਪਾਤਸ਼ਾਹੀਆਂ ਹਾਜ਼ਰਾਂ ਹਜ਼ੂਰ, ਕਿਉਂਕਿ ਜਗਤ ਦਾ ਮਾਲਕ ਆਪ ਹੀ ਸਾਧੂ ਦੇ ਰੂਪ ਵਿੱਚ ਆਉਂਦਾ, ਸਾਧ ਰੂਪ ਆਪਣਾ ਤਨ ਧਾਰੇ ਆ ਮਹਾਂ ਅਗਨ ਤੇ, ਆਪ ਪਾਤਸ਼ਾਹ ਫਰਮਾਉਂਦਾ, ਦੂਜੀ ਅਮਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਾ, ਕੋਈ ਦੂਜਾ ਨਹੀਂ ਸਰਬ ਰੂਪ ਆਪ ਹੀ, ਆਪ ਚਾਰੇ ਆਪਣਾ ਕੀਆ
ਆਪੇ ਆਪ ਆਪ ਭਰਾ ਬਖੀਆ। ਖੇ ਮੇਰੇ ਗੁਰੂ ਨਾਨਕ, ਤੇਰਾ ਆਪਣਾ ਕੀਤਾ ਹੋਇਆ ਜੋ ਜਗਤ ਹੈ, ਜਿਸਨੂੰ ਤੂੰ ਆਪ ਹੀ ਯਾਦ ਕਰਦਾ, ਤੂੰ ਤਿੰਨਾਂ ਕਾਲਾਂ ਸਰਬ ਰੂਪ ਆਪ ਹੀ ਹੋਇਆ, ਕੋਈ ਦੂਜਾ ਨਹੀਂ, ਕਿਉਂਕਿ ਤੇਰੇ ਨੇ ਸਾਰੇ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਹਾਰੇ ਤੇਰੇ ਨੇ, ਸਭਨਾ ਵਿੱਚ ਤਾਂ ਤੂੰ ਬੈਠਾ ਹੈ, ਕੋਈ ਦੂਜਾ ਤੂੰ ਮਾਲਕ। ਚੋਜੀ ਪ੍ਰੀਤਮ ਹੈ ਭਿੰਨ ਭਿੰਨ ਚੋਜ, ਕਰ ਕਰਕੇ ਦੇਖਦਾ, ਅਸੀਂ ਤਾਂ ਲਪੱਗ ਖਾਂ ਕੋਈ ਸੋਝੀ ਮਤ ਨਹੀਂ, ਸੋਈ ਕਰਾਏ ਜੋ ਤੁਧ ਭਾਵੈ, ਬੋਹੇ ਸਿਆਣ ਕਛੂ ਨਾ ਆਵੈ, ਹਮ ਬਾਲਕ ਤੋ ਸਰੜਾਈ ਪ੍ਰਭ ਆਪੇ ਪੈ ਜਿਤ ਕਰੀ। ਇਸ ਤਾਂ ਤੇਰੀ ਬਾਲਕ ਤੇਰੀ ਸ਼ਰਨ ਵਿੱਚ ਆਏ ਹਾਂ, ਜਿਉ ਜਾਣੋ ਤਿਉ ਰਾਖ, ਖਰ ਪ੍ਰਭ ਤੇਰੇ ਹਾਂ, ਸਤਿਗੁਰੂ ਤੇਰੇ ਆ ਰੱਖ ਲਵੋ। ਆਪ ਉਪਾਏ ਰਚਿਓ ਪਸਾਰਾ, ਆਪੇ ਘਟ ਘਟ ਸਾਰਣ, ਆਪ ਹੀ ਪੰਜਾਂ ਤੱਤਾਂ ਨੂੰ ਉਪਾ ਕੇ ਰਚਨਾ, ਪੰਜਾਂ ਤੱਤਾਂ ਦੀ ਪਹਿਲਾਂ ਕੀਤੀ ਪਰਮੇਸ਼ਰ ਨੇ, ਪੌਣ ਪਾਣੀ ਅਗਨੀ ਆਕਾਸ਼ ਧਰਤੀ, ਇਹ ਪੰਜ ਤੱਤ, ਪੰਜਾਂ ਤੱਤਾਂ ਦਾ ਹੀ ਇਹ ਸਰੀਰ ਆਪਣਾ ਸੁੰਦਰ ਤੰਦ ਬਣਾਇਆ ਪਰਮੇਸ਼ਰ, ਜਗਤ ਰੂਪ ਦਾ ਪਸਾਰਾ ਰਚਿਆ ਵਾਹਿਗੁਰੂ ਨੇ ਪੰਜਾਂ ਤੱਤਾਂ ਦੇ। ਆਪ ਉਪਾਏ ਰਚਿਓਨ ਪਸਾਰਾ, ਆਪੇ ਘਟ ਘਟ ਸਾਰ, ਆਪੇ ਤੂੰ ਘਟਾ ਘਟਾਂ ਦੀ ਸਾਰ ਲੈਂਦਾ, ਕਿਵੇਂ ਸਾਰ ਲੈਂਦਾ, ਸਭਨਾਂ ਨੂੰ ਰਿਜਕ ਆਪ ਪਹੁੰਚਾਉਂਦਾ, ਭਾਵੇਂ ਮਨੁੱਖ ਬੜਾ ਯਤਨ ਕਰ ਕਿ ਇਹ ਭੁੱਖਾ ਮਰ ਜਾਵੇ, ਕੈਦ ਵਿੱਚ ਹੋਵੇ, ਜਿਵੇਂ ਕਿ ਰਾਜਾ ਕੈਦ ਵਿੱਚ ਸੀ, ਉਸਦੇ ਹੱਥ ਤੇ ਪੈਰ ਕੱਟੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਗੁਰੂ ਨਾਨਕ, ਸ੍ਰੀ ਗੋਬਿੰਦਵਾਲ ਦੀ ਧਰਤੀ ਦੇ ਬਿਰਾਜਮਾਨ ਨੇ ਸਤਿਗੁਰੂ, ਬੜੀਆਂ ਸੰਗਤਾਂ ਆਉਂਦੀਆਂ, ਦੂਰ ਤੋਂ ਸੰਗਤ ਆਈ, ਇੱਕ ਚੌਧਰੀ ਆਇਆ ਜੋ ਪਹਿਲੀ ਵਾਰ ਸਤਿਗੁਰੂ ਦੀ ਸੋਭਾ ਸੁਣ ਕੇ ਦਰਸ਼ਨਾਂ ਨੂੰ ਆਇਆ। ਕੀ ਦੇਖਿਆ? ਰਾਤਰ ਸੰਧਿਆ ਦੇ ਸਮੇਂ ਜਦੋਂ ਸਮਾਪਤੀ ਹੋਈ, ਭੋਗ ਪਿਆ, ਸਭਨਾਂ ਨੇ ਪ੍ਰਸ਼ਾਦਾ ਛਕਿਆ, ਸਭ ਗਾਗਰਾਂ ਮੋਦੀਆਂ ਮਾਰੀਆਂ, ਮਨ ਵਿੱਚ ਇਹ ਸ਼ੰਕਾ ਉਤਪੰਨ ਹੋਇਆ, ਸਵਾਲ ਪੈਦਾ ਹੋਇਆ ਕਿ ਕਿਤੋਂ ਵੀ ਇਹ ਸੰਗਤ ਆ ਜਾਵੇ, ਫਿਰ ਪ੍ਰਸ਼ਾਦ। ਸਤਿਗੁਰੂ ਅੱਗੇ ਅਰਜ ਬੇਨਤੀ ਪਹੁੰਚ ਗਈ। ਪਾਤਸ਼ਾਹ ਕਹਿਣ ਲੱਗੇ ਉਸ ਚੌਧਰੀ ਨੂੰ, ਗੁਰੂ ਅਮਰਦਾਸ ਮਹਾਰਾਜ ਜੀ ਸਭਨਾਂ ਦਾ ਰਿਜਕ ਲਿਖਿਆ ਹੈ, ਉਹ ਮਿਲ ਗਿਆ, ਇਹ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਭਨਾਂ ਨੂੰ ਰੋਜੀ ਪਰਮੇਸ਼ਰ ਦਿੰਦਾ। ਚੌਧਰੀ ਕਹਿਣ ਲੱਗਾ, ਸਤਿਗੁਰੂ ਮੈਂ ਕਿਵੇਂ ਮੰਨਾਂ? ਪਾਤਸ਼ਾਹ ਕਹਿਣ ਲੱਗੇ, ਤੈਨੂੰ ਪ੍ਰਤੱਖ ਦਿਖਾਉਂਦੇ, ਇੱਕ ਸੇਵਕ ਨਾਲ ਭੇਜਿਆ ਕਿ ਫਲਾਨੀ ਜਗ੍ਹਾ 'ਤੇ ਇੱਕ ਕਿਲ੍ਹਾ ਹੈ, ਉਸ ਕਿਲ੍ਹੇ ਵਿੱਚ ਰਾਜਾ ਕੈਦ, ਪਿਛਵਾੜੇ ਰੁੱਖ ਤੋਂ ਚੜ੍ਹ ਕੇ ਇਸ ਨੂੰ ਦਿਖਾ ਦਿਓ, ਇਹ ਪ੍ਰਤੱਖ ਦੇ ਦੇਖਿਆ ਚੜ੍ਹ ਕੇ ਉਸ ਚੌਧਰੀ ਬੈਠਾ ਸੀ, ਹੱਥ ਪੈਰ ਕੱਟੇ ਹੋਏ, ਇਹਨੇ ਆਇਆ ਕੁਝ ਪਦਾਰ ਉਸ ਪਾਸ, ਜਲ ਵੀ ਸਭ ਕੁਝ ਰੱਖ ਦਿੱਤਾ, ਇਹਨੇ
ਰਾਜਾ ਛਕਣ ਲੱਗ ਗਿਆ। ਮਨ ਵਿੱਚ ਸ਼ੰਕਾ ਆਈ ਕਿ ਪੁੱਛ ਕੇ ਦੇਖਾਂ ਕਿ ਰਾਜਾ ਹੀ ਹੈ ਜਾਂ ਹੋਰ। ਫਿਰ ਪੁੱਛਿਆ, ਤੂੰ ਕੌਣ? ਮੈਂ ਰਾਜਾ ਹਾਂ ਰਿਆਸਤ। ਇਸ ਰਾਜੇ ਨੇ ਮੈਨੂੰ ਕੈਦ ਕਰ ਲਿਆ, ਰਾਜ ਭਾਗ ਖੋਹ ਲਿਆ, ਮੇਰੇ ਹੱਥ ਪੈਰ ਕੱਟ ਦਿੱਤੇ ਕਿ ਭੁੱਖ ਨਾਲ ਪਿਆਸ ਨਾਲ ਮਰ ਜਾਂਦਾ। ਪਰ ਉਸ ਪਰਮੇਸ਼ਰ ਦੀ ਨੇ, ਮੇਰੇ ਵਾਹੇ ਗੁਰੂ ਦੀ, ਮੈਨੂੰ ਰੋਜ਼ੀ ਹਰ ਰੋਜ਼ ਮਿਲਦੀ। ਇਹ ਲਿਆਉਂਦੀ ਹੈ ਭਾਂਤ ਭਾਂਤ ਦੇ ਪਦਾਰਥ ਮੇਰੇ ਪਾਸ ਦੇ। ਨਿਰੰਤਰ ਹੋਇਆ ਚੌਧਰੀ, ਬੜੀ ਭਾਵਨਾ ਬਣੀ, ਕਿਉਂਕਿ ਰਿਜ਼ਕ ਪਰਮੇਸ਼ਰ ਪਹੁੰਚਾਉਂਦਾ। ਤਾਂ ਜੋ ਮਾਰਗ ਨਾਹੀਂ ਪੱਥਰ ਕਠੋਰ ਹੈ, ਉਸ ਵਿੱਚ ਵੀ ਪੱਥਰ ਖੋਰ ਇੱਕ ਕੀੜਾ ਹੁੰਦਾ। ਮਹਾਂਪੁਰਸ਼ ਪਾਸ ਸੇਵਕ ਨੇ ਬੇਨਤੀ ਕੀਤੀ, ਮਹਾਂਪੁਰਸ਼ ਚੁੱਕ ਦੇ ਦੇਖਿਆ ਜਾ ਰਹੇ ਸੀ ਮਹਾਂਪੁਰਸ਼, ਕੰਮ ਚੱਲ ਰਿਹਾ ਹੈ ਪੱਥਰ ਚਲੇ ਗਏ ਕੋ, ਬੜੀ ਘੋਗ ਰੱਖੀ ਇਹ ਪੱਥਰਾਂ ਨੂੰ ਜੋ ਚੀਰ ਰਹੇ ਸਨ ਅਹਿਲਕਾਰ, ਕਿ ਇਸ ਪੱਥਰ ਨੂੰ ਇੱਥੋਂ ਚੀਰੋ। ਜੋ ਚੀਰਿਆ ਉਹ ਪੱਥਰ, ਉੱਥੇ ਉੱਕੇ ਕੀੜਾ ਦਿਖਾਇਆ ਸਾਰਿਆਂ ਨੂੰ। ਉਸ ਅੱਗੇ ਜੋ ਉਸਦਾ ਖਾਣਾ ਪਿਆ ਸੀ ਕਿ ਚੱਕੇ ਦੇਖੋ ਮਿੱਠੇ ਦਾ ਰਸ ਹੈ। ਇਹ ਪੱਥਰ ਖੋਰ ਕੀੜਾ ਇਸ ਵਿੱਚ ਵੀ ਰੋਜੀ ਪਰਮੇਸ਼ਰ ਦਿੰਦਾ ਹੈ ਇਸਨੂੰ, ਤਾਂ ਜੋ ਮਾਲਕ ਨਾ, ਕਿਉਂਕਿ ਉਹ ਮਾਲਕ ਵੱਡਾ ਸਮਰੱਥ ਹੈ। ਸੈਲ ਪੱਥਰ ਮੈਂ ਜੰਤੀ ਉਪਾਏ, ਤਾਂ ਕਾ ਰਿਜਕ ਆਕੇ ਕਰ। ਮੁੱਖ ਸੁਤੇ ਹੀ ਚਿੰਤਾ ਤੁਰ ਹੋ ਜਾਂਦਾ, ਕਿਵੇਂ ਪਾਲਣਾ ਹੋਵੇ, ਕਿਵੇਂ ਪਰਿਵਾਰ ਪਾਲਿਆ। ਪਰ ਪਾਤਸ਼ਾਹ ਬਰਮਾਉਂਦੇ ਨੇ, ਨਾ ਕਰ ਚਿੰਤ ਚਿੰਤਾ ਹੈ ਕਰਦੇ, ਤੂੰ ਚਿੰਤ ਨੂੰ ਯਾਦ ਕਰ, ਚਿੰਤਾ ਨਾ ਕਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੇ ਜਲ ਮੈਂ ਜੰਤੇ ਉਪਾਇਓ, ਤਿੰਨਾ ਪੇ ਦੂਜੀ ਉੱਥੇ ਹੱਟ ਨਾ ਚੱਲੀ, ਨਾ ਕੋ ਕਿਸ ਕਰੇ ਸੌਦਾ ਮੂਲ ਨਾ ਹੋਵੀ, ਨਾ ਕੋ ਲਏ ਜੀਆਂ ਕਾ ਆਹਾਰ, ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਦਾ, ਤਿੰਨਾ ਪੇ ਸਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਤੇਰੀ ਚਿੰਤਾ ਤਾਂ ਉਸ ਦਾਤੇ ਨੂੰ ਹੈ ਜਿਸ ਤੇ ਤੈਨੂੰ ਸਾਜਿਆ ਰਚਿਆ। ਜਦੋਂ ਤੂੰ ਕੁਝ ਵੀ ਕਰਨ ਨੂੰ ਸਮਰੱਥ ਨਹੀਂ ਸੀ ਉਦੋਂ ਰੋਜੀ ਦਿੰਦਾ ਸੀ, ਹੁਣ ਕਿਉਂ ਨਾ ਦੇਵੇਗਾ? ਮਾਤਾ ਦੇ ਗਰਭ ਜੱਠ ਦੀ ਅਗਨੀ ਵਿੱਚ ਤੇਰੀ ਪਾਲਣਾ ਹੋ ਜਾਏ, ਜਨਮ ਤੇਰਾ ਬਾਅਦ ਵਿੱਚ ਰੋਜੀ ਪਹਿਲਾਂ ਪਹੁੰਚਾ ਦਿੱਤੀ ਪਰਮੇਸ਼ਵਰ ਨੇ। ਸੋਢੀ ਸੁਲਤਾਨ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤੀ ਉਪਾਹਾ। ਹੇ ਮੇਰੇ ਵਾਹੇ ਗੁਰੂ, ਗੁਰੂ ਨਾਨਕ ਪਹਿਲਾਂ ਰਿਜਕ ਪਹੁੰਚਾ ਦਿੱਤਾ, ਸਾਗ ਸੰਬੰਧੀ ਬਣਾਏ, ਪਾਲਣ ਵਾਲੇ ਮਾਤਾ ਦੇ ਸਤਨਾਂ ਵਿੱਚ ਦੁੱਧ ਪਹਿਲਾਂ ਆ ਜਾਂਦਾ। ਕੈਸਾ ਪਰਮੇਸ਼ਰ ਹੈ, ਆਪ ਉਪਾਏ ਰਚਿਓਨ ਪਸਾਰਾ, ਆਪੇ ਘੱਟ ਘੱਟ ਸਾਰਨਾ, ਸਭਨਾ ਦੀ ਖਬਰ ਲੈਂਦਾ, ਸਿਰ ਬਸਿਰ ਧੰਦਿਆਂ ਵਿੱਚ ਲਾਉਂਦਾ, ਰਿਜਕ ਵੀ ਪਹੁੰਚਾਉਂਦਾ। ਇੱਕ ਉਪਾਏ ਵੱਡ ਦਰਬਾਰੀ, ਇੱਕ ਉਦਾਸੀ ਇੱਕ ਘਰਵਾਰੀ। ਖੇ ਮੇਰੇ ਗੁਰੂ ਨਾਨਕ, ਇੱਕ ਵੱਡੇ ਦਰਬਾਰੀ ਸਾਜੇ ਨੇ ਤੂੰ, ਇੱਕ ਰਾਜ ਦਰ ਵਿੱਚ ਰਹਿਣ ਵਾਲੇ, ਇੱਕ ਉਦਾਸੀ ਇੱਕ ਘਰਵਾਰੀ, ਇੱਕ ਗ੍ਰਹਿਸਥੀ ਉਤਪੰਨ ਕੀਤੀ, ਕਿਉਂਕਿ ਕਲਾ ਪਰਮੇਸ਼ਰ ਨੇ ਵਰਤਾਈ। ਚੋਜੀ ਪ੍ਰੀਤਮ ਚੋਜ ਕਰ ਕਰਕੇ ਦੇਖਦਾ,
ਆਪ ਹੀ ਰਚਦਾ ਹੈ, ਆਪ ਹੀ ਭਿੰਨ ਭਿੰਨ ਧੰਦਿਆਂ ਵਿੱਚ ਲਾਉਂਦਾ, ਫਿਰ ਬੜਾ ਪਸੰਦ ਵੀ ਹੁੰਦਾ, ਕਿਉਂਕਿ ਆਪ ਹੀ ਜਗਤ ਦਾ ਤਮਾਸ਼ਾ ਪਰਮੇਸ਼ੁਰ ਨੇ ਰਚਿਆ। ਇੱਕ ਭੁੱਖੇ ਇੱਕ ਤ੍ਰਿਪਤ ਅਗਾਇ, ਸਭ ਸੈ ਤੇਰਾ ਪਾਰਣ। ਕਿ ਮੇਰੇ ਗੁਰੂ ਨਾਨਕ ਇੱਕ ਭੁੱਖੇ ਰਹਿੰਦੇ ਨੇ, ਇੱਕ ਐਸੇ ਨੇ ਕਿ ਆਪ ਤ੍ਰਿਪਤ ਨੇ, ਉਹਨਾਂ ਨੂੰ ਵੀ ਰਜਾ ਦਿੰਦੇ, ਤੂੰ ਸਭ ਨੂੰ ਤੇਰਾ ਹੀ ਆਸਰਾ, ਟੇਕ ਸਭ ਨੇ ਤੇਰੀ ਲਈ, ਤੇਰੇ ਦਰ ਦੇ ਸਾਰੇ ਮੰਗਤੇ ਨੇ, ਮੰਗਦੇ ਤੇਰੇ ਤੋਂ ਨੇ, ਕਿਸੇ ਹੋਰ ਤੋਂ ਨਹੀਂ ਮੰਗਦੇ, ਭਾਵੇਂ ਕੋਈ ਰਾਜਾ ਉਹ ਵੀ ਮੰਗਦਾ ਹੈ ਰਾਜਾ, ਭਾਵੇਂ ਜਗਤ ਨੂੰ ਦਾਨ ਦਿੰਦਾ। ਇੱਕ ਰਾਜਾ ਸੀ, ਬੜਾ ਧਰਮੀ ਰਾਜਾ, ਪਰਮੇਸ਼ੁਰ ਦੇ ਭੈ ਵਾਲਾ, ਬੜਾ ਦਾਨੀ ਰਾਜਾ, ਨਿਤ ਦੇ ਨੇਮ ਦੇ ਨਾਲ ਆਪ ਦਾਨ ਵੰਡਦਾ ਸੀ ਜਗਤ ਨੂੰ। ਬੜੀ ਉਸ ਰਾਜੇ ਦੀ ਸੋਭਾ ਵਡਿਆਈ ਸੀ, ਦੂਰ ਦੂਰ ਤੋਂ ਦਾਨ ਲੈਣ ਆਉਂਦੇ। ਇੱਕ ਫਕੀਰ ਜੋ ਜੰਗਲ ਵਿੱਚ ਰਹਿੰਦਾ, ਬੜੀ ਸੋਭਾ ਨੂੰ ਸੁਣਿਆ ਆਪ ਕਿ ਦੇਖਣਾ ਹੈ ਕੈਸਾ ਰਾਜਾ, ਕਤਾਹਰ ਵਿੱਚ ਲੱਗਿਆ, ਦੇਖ ਰਿਹਾ ਸੀ ਰਾਜਾ ਦਾਨ ਦਿੰਦਾ ਹੈ, ਸੀਸ ਤੇ ਨੇਤਰ ਝੁਕਾ ਲੈਂਦਾ ਹੈ ਜਦੋਂ ਦਾਨ ਦੇਣ ਲੱਗਦਾ। ਫਕੀਰ ਨੇ ਸਵਾਲ ਕੀਤਾ, ਮਹਾਰਾਜ ਕੁਝ ਪੁੱਛਣਾ ਚਾਹੁੰਦਾ। ਰਾਜਾ ਕਹਿਣ ਲੱਗਾ, ਹੇ ਫਕੀਰ ਸਾਈਂ, ਰਾਜੇ ਨੇ ਹੱਥ ਜੋੜ ਲਏ, ਪੁੱਛੋ, ਤੁਸੀਂ ਜਦੋਂ ਦਾਨ ਝੋਲੀ ਵਿੱਚ ਪਾਉਂਦੇ ਹੋ, ਸੀਸ ਤੇ ਨੇਤਰ ਨੀਵੇਂ ਕਰ ਲੈਂਦੇ ਹੋ, ਕੀ ਕਾਰਨ? ਰਾਜਾ ਕਹਿਣ ਲੱਗਾ, ਮੈਂ ਤਾਂ ਉਸ ਅਕਾਲ ਪੁਰਖ ਦਾ, ਪ੍ਰਭੂ ਦਾ ਚਾਕਰ ਖਾਂ, ਇੱਕ ਨੌਕਰ ਖਾਵਾਂ, ਦਾਨ ਤਾਂ ਦਾਤਾ ਤਾਂ ਉਹੀ ਹੈ, ਦੇਵਣ ਵਾਲਾ ਮੈਂ ਨਹੀਂ ਦਾਤਾ। ਮਤ ਮੇਰੇ ਮਨ ਵਿੱਚ ਇਹ ਆ ਜਾਵੇ, ਮੈਂ ਦਿੰਦਾ ਮੈਂ ਨਹੀਂ ਦਿੰਦਾ, ਮੇਰੇ ਜ਼ਰੀਏ ਉਹ ਦਵਾ ਰਿਹਾ, ਉਹ ਦਾਤਾ, ਮੈਂ ਤਾਂ ਉਸਦੇ ਦਰ ਦਾ ਮੰਗਦਾ। ਫਕੀਰ ਸਾਈ ਨੇ ਵੱਡੀਆਂ ਬਖਸ਼ਿਸ਼ਾਂ, ਅੰਮ੍ਰਿਤ ਵਈ ਵਚਨ ਕੀਤੇ, ਰਾਜਨ ਤੇਰਾ ਲੋਕ ਪਰਲੋਕ ਸਹੇਲਾ, ਤੂੰ ਤਰ ਜਾਵੇਂਗਾ, ਤੇਰਾ ਦਾਨ ਦਿੱਤਾ ਹੋਇਆ ਫਲੀਭੂਤ ਹੋਵੇਗਾ, ਤੇਰੀ ਐਸੀ ਨਿਮਾਣਤਾ ਨਿਮਰਤਾ ਤੋਂ ਮੈਂ ਪ੍ਰਸੰਨ ਹਾਂ, ਪਰਮੇਸ਼ਰ ਵੀ ਪ੍ਰਸੰਨ ਹੈ। ਭਾਈ ਸਾਹਿਬ ਦੇ ਵੀ ਬਚਨ ਨੇ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲਿਖ ਹੈ ਅੰਦਰ ਪਾਵੈ। ਪਰਮੇਸ਼ਰ ਪ੍ਰਵਾਨ ਕਰ ਲੈਂਦਾ, ਪਾਤਸ਼ਾਹ ਪ੍ਰਵਾਉਂਦਾ, ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਸਭ ਸਹਿ ਤੇਰਾ ਪਾਰਣਾ, ਸਭ ਨੂੰ ਆਸਰਾ ਪਰਮੇਸ਼ਰ ਦਾ ਕੀਤਾ। ਆਪੇ ਸਤ 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 ਸਾਚਾ, ਓਤ ਪੋਤ ਭਗਤਨ ਸੰਗ ਰਾਜਾ। ਆਪ ਹੀ ਤਿੰਨਾਂ ਕਾਲਾਂ ਵਿੱਚ, ਖੇ ਮੇਰੇ ਵਾਹੇ ਗੁਰੂ, ਗੁਰੂ ਨਾਨਕ ਤੂੰ ਸਤ ਸਰੂਪ, ਤੇ ਤੂੰ ਸੱਚਾ, ਤੂੰ ਤਾਣਾ ਪੇਟਾ ਰੂਪ ਹੋ ਕੇ ਭਗਤਾਂ ਦੇ ਸਾਥ ਮਿਲਿਆ ਹੈ। ਕਿਵੇਂ ਮਿਲਿਆ? ਅੰਗ ਸੰਗ ਰਹਿੰਦਾ ਹੈ ਆਪਣੇ ਜਨਾਂ ਦੇ, ਗੁਰੂ ਨਾਨਕ ਸੰਤ ਕੈ ਸੰਗ ਵਸੈ ਦਿਨ ਰਾਤ, ਦਿਨ ਤੇ ਰਾਤ ਵਸਦਾ। ਆਪਾਂ ਕਹਿ ਦਿੰਦੇ ਹਾਂ ਸਾਧੂ ਦੇ ਬਚਨ ਸਤ ਹੋ ਗਏ, ਕਿਉਂਕਿ ਸਾਧੂ ਦੀ ਰਚਨਾ ਤੇ ਗੁਰੂ ਨਾਨਕ ਹੀ ਆਪ ਬੋਲਦਾ ਹੈ, ਪ੍ਰਭ ਜੀ ਵਸੈ ਸਾਧ ਕੀ ਰਚਨਾ, ਨਾਨਕ ਜਨ ਕਾ ਦਾਸ।
ਕਿਉਂਕਿ ਉਹ ਸਾਧੂ ਉਹ ਮਹਾਤਮਾ ਵੈਲੇ ਦੇ ਖੈਣ ਵੈਲੇ ਨਾ ਹੀ ਘੜੇ ਪਹਿਲ ਪੱਕੜ ਸੰਸਾਰ ਉਹ ਘੜੇ ਨਹੀਂ ਉਹ ਵੈਲੇ ਜਗ ਮੈਂ ਉੱਤਮ ਕਾਢੀ ਹੈ ਵੈਲੇ ਕਈ ਕੀ ਉਹ ਵੈਲੇ ਪਿੱਛੇ ਸੀ ਹੁਣ ਵੀ ਅੱਗੇ ਵੀ ਹੋ ਤਾਂ ਸਦੀਵੀ ਨੇ ਸਦਾ ਨੇ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਦਾ ਉਹ ਤਾਂ ਸਦੀਵੀ ਹੈ ਸਦਾ ਆਪੇ ਗੁਪਤ ਆਪੇ ਹੈ ਪਾਰਗ ਆਪਣਾ ਆਪ ਉਪਸਾਰਣ ਕੀ ਮੇਰੇ ਗੁਰੂ ਨਾਨਕ ਤੂੰ ਆਪ ਗੁਪਤ ਰੂਪ ਆਪ ਹੀ ਤੂੰ ਪ੍ਰਗਟ ਆਪ ਹੀ ਤੂੰ ਨਿਰਗੁਣ ਰੂਪ ਆਪ ਹੀ ਤੂੰ ਸਰਗੁਣ ਰੂਪ ਜਗਤ ਵਿੱਚ ਤੈਨੇ ਆਪ ਆਪਣਾ ਪਸਾਰਾ ਕੀਤਾ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਲਕਾ ਰੂਪ ਕਿਹਾ ਰੂਪ ਨੰਦੀ ਆਇਆ ਹਰੀ ਦਾ ਰੂਪ ਭਾਈ ਨੰਦ ਲਾਲ ਜੀ ਬਚਨ ਕਹਿੰਦੇ ਨੇ ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ ਨੂਰ ਦਰ ਹਰ ਜਸਮ ਗੁਰ ਗੋਬਿੰਦ ਸਿੰਘ ਆਪ ਗੁਰ ਕੋਈ ਦੂਜਾ ਕਹੀ ਕਿਉਂਕਿ ਬ੍ਰਹਮ ਦੇ ਵਿੱਚ ਰਤੇ ਹੋਏ ਬ੍ਰਹਮ ਗਿਆਨੀ ਦੀ ਐਸੀ ਅਵਸਥਾ ਹੋ ਜਾਂਦੀ ਹੈ ਉਹ ਦੇਖਦਾ ਸਭਨਾ ਵਿੱਚ ਬੈਠਾ ਹੈ ਮੇਰਾ ਵਾਹਿਗੁਰੂ ਇਹ ਸੱਚ ਕਰਦਿਆ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਤਾਂ ਜੋਤ ਪ੍ਰਗਟ ਹੁੰਦੀ ਹੈ ਗੁਰਸਾਖੀ ਜੋਤ ਪ੍ਰਗਟ ਹੋਈ ਗੁਰੂ ਦੀ ਸਿੱਖਿਆ ਗੁਰੂ ਦੀ ਬਖਸ਼ਿਸ਼ ਨਾਲ ਉਹ ਜੋਤ ਪ੍ਰਗਟ ਹੋ ਜਾਂਦਾ ਆਪੇ ਗੁਪਤ ਆਪੇ ਹੈ ਪਰ ਆਪਣਾ ਆਪ ਪਸਾਰਾ ਆਪ ਹੀ ਨਿਰਗੁਣ ਰੂਪ ਤੂੰ ਆਪ ਹੀ ਇਹ ਜਗਤ ਤੈਨੇ ਆਪਣਾ ਆਪ ਸਾਰਿਆ ਸਦਾ ਸਦਾ ਸਦ ਹੋਵਣ ਹਾਰਾ ਊਚਾ ਅਗਮ ਅਥਾਹੋ ਅਪਾਰਾ ਪਾਤਸ਼ਾਹ ਫਰਮਾਉਂਦੇ ਸਦਾ ਸਦਾ ਸਦ ਹੋਵਣ ਹਾਰਾ ਉੱਚਾ ਅਗਮ ਅਥਾਹੋ ਅਪਾਰਾ ਤਿੰਨਾਂ ਕਾਲਾਂ ਵਿੱਚ ਹੀ ਮੇਰੇ ਗੁਰੂ ਨਾਨਕ ਤੂੰ ਹੋਵਣ ਵਾਲਾ ਸਭ ਤੋਂ ਉੱਚਾ ਵੱਡਾ ਮਾਲਕ ਮਨ ਬਾਣੀ ਕਾ ਤੇ ਅਥਾਹ ਤੇ ਅਪਾਰ ਸਰੂਪ ਓੜੇ ਭਰੇ 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 ਓੜੇ ਇਹ ਚਲਤ ਸੁਆਮੀ ਕੇ ਕਾਰਣ ਚਾਹੇ ਖਾਲੀਆਂ ਨੂੰ ਪੂਰਨ ਕਰਕੇ ਤੂੰ ਭਰ ਦਿੰਦਾ ਐਸਾ ਮਾਲਕ ਚਾਹੇ ਤੂੰ ਭਰਿਆਂ ਨੂੰ ਖਾਲੀ ਕਰ ਕਿਉਂਕਿ ਪਿਆਰੇ ਉਹ ਬਾਲਕ ਬੜਾ ਸਮਰੱਥ ਉਸ ਅੱਗੇ ਹੰਕਾਰ ਨਹੀਂ ਚਾਹੁੰਦਾ ਉਹ ਚਾਹੇ ਰਾਜੇ ਨੂੰ ਰੰਗ ਰੰਗ ਨੂੰ ਰਾਜਾ ਖਿੰਨ ਪਲ ਵਿੱਚ ਬਣਾ ਮਤ ਹੰਕਾਰ ਗਰਵ ਕਰੇ ਭਗਤ ਕਬੀਰ ਜੀ ਦੇ ਬੜੇ ਸੁੰਦਰ ਬਚਨ ਕਬੀਰ ਗਰਵ ਨਾ ਕੀਜੀਐ ਰੰਗ ਨਾ ਖਸੀਐ ਕੋਈ ਇਹ ਪਿਆਰਿਆ ਮਤ ਗਰਬ ਹੰਕਾਰ ਕਰ ਕਿਸੇ ਗਰੀਬ ਕੰਗਾਲ ਕਨੀ ਦੇਖੇ ਮਤ ਮਸ਼ਕਰੀ ਮਖੌਲ ਕਰ ਕਰੀ ਕਬੀਰ ਗਰਬ ਨਾ ਕੀਜੀ ਰੰਕ ਨਾ ਖਸੀਐ ਕੋਏ ਅਜੋ ਸੋ ਨਾਉ ਸਮੁੰਦਰ ਮੈਂ ਨਾਉ ਬੇੜੀ ਨੂੰ ਕਹਿੰਦੇ ਕਿਆ ਜਾਣੋ ਕਿਆ ਅਜੇ ਤੇਰੀ ਬੇੜੀ ਸਮੁੰਦਰ ਵਿੱਚ ਜਾ ਰਹੀ ਹੈ ਤੂੰ ਜਗਤ ਵਿੱਚ ਰਹਿੰਦਾ ਪਤਾ ਨਹੀਂ ਤੇਰੀ ਨਾਲ ਕੀ ਭਾਣਾ ਵਰਤਣਾ ਕੀ ਕੁਝ ਜਗਤ ਵਿੱਚ ਹੁੰਦੇ ਨੇ ਦੇਖਦੇ ਖਾਂ ਕਿ ਅੰਮ ਕੇ ਪੁਰਸ਼ ਦਾ ਕਿਆ ਹਾਲ ਹੋਇਆ ਪਹਿਲਾਂ ਕਿਵੇਂ ਸੀ ਕਿਵੇਂ ਹੋਇਆ ਕਿਉਂ
ਪਰਮੇਸ਼ਰ ਪਰਮਾਤਮਾ ਪਿਆਰੀ ਉਹ ਸਭ ਕੁਝ ਦੇਖਦਾ ਤੇ ਸੁਣਦਾ। ਉਹ ਚਾ ਕੇ ਖਿੰਨ ਪਲ ਵਿੱਚ ਰਾਜੇ ਨੂੰ ਰੰਕ ਰੰਕ ਨੂੰ ਰਾਜਾ ਬਣਾ ਦਿੰਦਾ, ਫਿਰ ਐਸੀ ਸਜ਼ਾ ਤਤਕਾਲ ਦੇ ਦਿੰਦਾ ਜੋ ਚਿੱਤ ਚੇਤੇ ਵੀ ਪਰਮੇਸ਼ਰ ਉਹ ਕਰਦਾ, ਜੋ ਚਿੱਤ ਚੇਤੇ ਵਿੱਚ ਵੀ ਨਾ ਉਹ ਪਰਮੇਸ਼ਰ ਆਪ ਕਰਨਹਾਰ ਮਾਲਕ, ਕਿਉਂਕਿ ਉਸ ਤੋਂ ਪਿਆਰੀ ਉਹ ਕੁਝ ਲੁਕਿਆ ਛੁਪਿਆ ਨਹੀਂ, ਉਹ ਤਾਂ ਗਿਰਦੇ ਘਰ ਵਿੱਚ ਬੈਠਾ, ਕਿਤੇ ਦੂਰ ਨਹੀਂ ਰਹਿੰਦਾ, ਉਸਨੂੰ ਹੰਕਾਰ ਨਹੀਂ ਪਾਉਂਦਾ, ਖਾਰ ਜੂ ਹੰਕਾਰ ਨਾ ਪਾ ਪਾਤਸ਼ਾਹ ਫਰਮਾਉਂਦੇ ਨੇ। ਓਣੇ ਭਰੇ ਭਰੇ ਭਾਰੇ ਓਣੇ ਇਹ ਚਲਤ ਸੁਆਮੀ ਕੇ ਕਾਰਨ, ਚਾਹੇ ਖਾਲੀਆਂ ਨੂੰ ਪੂਰਨ ਕਰਕੇ ਭਰਦੇ, ਚਾਹੇ ਭਰਿਆਂ ਨੂੰ ਖਾਲੀ ਕਰਦੇ, ਇਹ ਸੁਆਮੀ ਅਚਰਿੱਤਰ ਸਭ ਤੇਰੇ ਕੀਤੇ ਹੋਏ ਨੇ, ਤੂੰ ਕਰਦਾ ਕਰਨਹਾਰ ਮਾਲਕ ਹੈ, ਚੋਜੀ ਪ੍ਰੀਤਮ ਹੈ। ਮੁਖ ਸਾਲਾਗੀ ਸੱਚੇ ਸਾਹ, ਨੈਣੀ ਪੇਖਾ ਅਗਮ ਅਥਾਹ, ਹੇ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਗਰੀਬ ਨਿਵਾਜ, ਤੈਨੂੰ ਮੁੱਖ ਕਰਕੇ ਸਲਾਹਾਂ ਤੇਰੇ ਗੁਣ ਗਾਵਾਂ, ਹੀ ਅਗਮ ਅੱਖਾ ਮੇਰੇ ਵਾਕੇ ਗੁਰੂ, ਤੈਨੂੰ ਨੇਤਰਾਂ ਕਰਕੇ ਤੇਰੇ ਦੀਦਾਰ ਕਰਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਕਰਨੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਜਸ ਗਲ ਉਦਾਰਣ, ਕਰਨੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਸਗਲ ਉਦਾਰਣ, ਹੇ ਮੇਰੇ ਸੁਆਮੀ ਮੇਰੇ ਗੁਰੂ ਨਾਨਕ ਸਗਲ ਦੇ ਉਦਾਹਰਨ ਹਾਰੇ, ਤੇਰੇ ਨਾਮ ਨੂੰ ਕੰਨੀ ਸੁਣ ਸੁਣ ਕੇ ਮਨ ਤਨ ਹਰਿਆ, ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ, ਤੇਰਾ ਆਪਣਾ ਕੀਤਾ ਹੋਇਆ ਜੋ ਸੰਸਾਰ ਕੁੱਲ ਕਾਇਨਾਤ ਹੈ ਮੇਰੀ ਪਾਤਸ਼ਾਹ, ਕਿਉਂਕਿ ਸਾਜਣ ਵਾਲਾ ਤੂੰ ਹੀ ਹੈ ਸਭਨਾ, ਬਬਲ ਅਲ ਹੈ ਦੂਰੀ ਪਾਇਆ ਕੁਦਰਤ ਕੇ ਸਭ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ, ਸਾਜਣ ਵਾਲਾ ਸਭਨਾ ਨੂੰ ਤੂੰ ਕਰ ਕਰ ਵੇਖੈ ਕੀਤਾ ਆਪਣਾ, ਜੀ ਜੰਤ ਸੋਈ ਹੈ ਜਪਣਾ, ਤਾਂ ਯੋਗ ਰਿਜਕ ਸਭਨਾ ਨੂੰ ਪਹੁੰਚਾਉਂਦਾ, ਸੂਖਮ ਤੋ ਜੀਵ ਸਭ ਤੈਨੂੰ ਜਪਦੇ, ਆਪਣੀ ਕੁਦਰਤ ਆਪੇ ਜਾਣ, ਨਦਰੀ ਨਦਰ ਨਿਹਾਲਣ, ਕਿ ਮੇਰੇ ਵਾਹਿਗੁਰੂ ਗੁਰੂ ਨਾਨਕ ਆਪਣੀ ਸ਼ਕਤੀ ਨੂੰ ਤੂੰ ਆਪ ਜਾਣਦਾ, ਜਿਸ ਪਰ ਤੇਰੀ ਮਿਹਰ ਦੀ ਨਦਰ ਹੋ ਜਾਵੇ ਸੋ ਤੇਰਾ ਦਰਸ਼ਨ ਕਰਦਾ, ਸ਼ਾਂਤ ਸਵਾ ਜਹ ਬੈਸੈ ਪ੍ਰਭ ਪਾਸ, ਆਨੰਦ ਮੰਗਲ ਹਰ ਚਲਤ ਤਮਾਸ, ਸੰਤਾਂ ਦੀ ਸਭਾ ਮਹਾਂਪੁਰਸ਼ਾਂ ਦੀ ਸੋਭ, ਸੰਤ ਸਭਾ ਜਹ ਬੈਸੈ ਪ੍ਰਭ ਪਾਸ, ਸੰਤਾਂ ਦੀ ਸਭਾ ਜਿੱਥੇ ਬੈਠਦੀ ਹੈ ਮੇਰੇ ਗੁਰੂ ਨਾਨਕ ਤੂੰ ਸਭਨਾ ਦੇ ਪਾਸ ਹੀ ਹੁੰਦਾ, ਵਿੱਚ ਸੰਗਤ ਖਾਦ ਪ੍ਰਭ ਵਸੈ, ਪਿਆਰੀ ਉਹ ਸੰਗਤ ਵਿੱਚ ਗੁਰੂ ਨਾਨਕ ਪ੍ਰਤੱਖ ਬੈਠਾ, ਭੁੱਲ ਕੇ ਵੀ ਉੱਚਾ ਬੋਲਿਆ ਨਾ ਕਰੋ, ਕਿਉਂਕਿ ਸੰਗਤ ਵਿੱਚ ਬੈਠਾ ਹੈ ਮਾਲਕ ਤਰਲੋਕੀ ਦਾ,
ਸੁਣਦਾ ਕਹਿ ਦੇਖਦਾ। ਆਪਾਂ ਖੁਸ਼ੀਆਂ ਲੈਣੀਆਂ ਨੇ, ਨਾਰਾਜ਼ਗੀ ਨਹੀਂ ਲੈਣੀ। ਪਾਤਸ਼ਾਹ ਫਰਮਾਉਂਦੇ ਨੇ ਸੰਤ ਸਭਾ ਜਹ ਬੈਸੈ ਪ੍ਰਭ ਪਾਸੇ, ਆਨੰਦ ਮੰਗਲ ਹਲ ਚਲ ਤਤਮਾਸੇ। ਸੰਤਾਂ ਦੀ ਸਭਾ ਜਿੱਥੇ ਬਹਿੰਦੀ ਹੈ ਰੱਬ ਦੇ ਜਨ ਬੈਠੇ, ਖਰੀ ਦਾ ਜਸ ਹੁੰਦਾ ਉੱਥੇ, ਇਹ ਮੇਰੇ ਗੁਰੂ ਨਾਨਕ ਤੂੰ ਪਾਸ ਹੀ ਬੈਠਾ ਹੁੰਦਾ, ਕਿਤੇ ਦੂਰ ਨਹੀਂ। ਤੇਰੇ ਸੰਸਾਰ ਵਿੱਚ ਤੇਰੇ ਚਲਿੱਤਰ ਆਨੰਦ ਮੰਗਲਦਾਇਕ ਨੇ। ਆਨੰਦ ਮੰਗਲ ਹਰ ਚਲਤ ਤਮਾਸ਼ੇ, ਹੀ ਵਾਹਿਗੁਰੂ ਤੇਰੇ ਤਮਾਸ਼ੇ ਰੂਪ, ਤੇਰਾ ਰੂਪ ਹੀ ਸੰਸਾਰ ਵਿੱਚ ਬੜੇ ਕੌਤ ਕਰਦਾ ਹੈ, ਉਹਦੀ ਪ੍ਰੀਤ ਬੜੇ ਮੰਗਲਦਾਇਕ ਤਮਾਸ਼ੇ ਚੱਲਦਾ। ਗੁਣ ਗਾਵੈ ਅਨਹਦ ਧੁਨ ਬਾਣੀ, ਤਹਿ ਨਾਨਕ ਦਾਸ ਚਿਤਾਰਣੋ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਣ ਗਾਵੈ ਅਨਹਦ ਧੁਨ ਬਾਣੀ, ਜਿੱਥੇ ਇੱਕ ਰਸ ਬਾਣੀ ਦੀ ਧੁਨੀ ਪ੍ਰਗਟ ਹੁੰਦੀ ਹੈ, ਜਿੱਥੇ ਗੁਣ ਗਾਏ ਜਾਂਦੇ ਨੇ ਗੁਰੂ ਨਾਨਕ ਦੇ, ਸਿਫਤ ਗੁਰੂ ਨਾਨਕ ਦੀ। ਸੰਤ ਜਨ ਤੇਰੇ ਗੁਣ ਗਾਉਂਦੇ ਨੇ, ਇਹ ਸੰਗਤ ਗੁਰੂ ਨਾਨਕ ਦੀ। ਪਾਤਸ਼ਾਹ ਫਰਮਾਉਂਦੇ ਨੇ ਗੁਣ ਗਾਵਹਿ ਅਨਹਦ ਧੁਨ ਬਾਣੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਅੰਮ੍ਰਿਤਮਈ ਬਾਣੀ ਦਾ ਅੰਮ੍ਰਿਤਮਈ ਕੀਰਤਨ ਹੁੰਦਾ ਹੈ, ਜਸ ਗਾਇਆ ਜਾਂਦਾ ਹੈ, ਧੁਨੀ ਪ੍ਰਗਟ ਹੁੰਦੀ, ਗੁਣ ਮੇਰੇ ਵਾਕੇ ਗੁਰੂ ਦੇ ਗਾਏ ਜਾਂਦੇ। ਗੁਣ ਗਾਵੈ ਹੈ ਅਨਹਦ ਧੁਨ ਬਾਣੀ, ਤਹਿ ਨਾਨਕ ਦਾਸ ਚਿਤਾਰਾ। ਸੰਤ ਜਨ ਤੇਰੇ ਗੁਣ ਗਾਉਂਦੇ ਨੇ, ਤੇਰੀ ਸਿਫਤ ਕਰਦੇ ਨੇ, ਤਾਂ ਮੈਂ ਦਾਸ ਵੀ ਤੈਨੂੰ ਯਾਦ ਕਰਦਾ ਰਹਾਂ ਕਿ ਮੇਰੇ ਗੁਰੂ ਨਾਨਕ ਤੇਰੇ ਗੁਣ ਗਾਵਾਂ। ਇਹ ਮੰਗ ਮੰਗਿਆ ਕਰੋ ਪਿਆਰਿਓ, ਮਾਂਗਣਾ ਮਾਂਗਣ ਨੀਕਾ, ਹਰ ਜਸ ਗੁਰ ਤੇ ਮਾਂਗਣਾ। ਸਤਿਗੁਰੂ ਦੇ ਅਵਦੇਸ਼ ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ, ਨਾਮ ਨੂੰ ਜਪੀਏ, ਸੰਗ ਕਰੀਏ, ਸਤਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਏ ਪਾਰ ਬ੍ਰਹਮ ਅਬਨਾਸੀ ਅਗਨਾਸ।